Guru, 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 Gu
Guru Pad, 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 Guru Pad,
ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਬੇਸ਼ੁਮਾਰ ਅਥਾਹ ਅਗਣਤ ਅਤੁਲ ਬੇਸ਼ੁਮਾਰ
ਅਥਾ ਅਗਣਤ ਅਤੁਲੈ ਜਿਉਂ ਬਲਵ ਹੋ ਤਿਉਂ ਨਾਨਕ ਦਾਸ ਬੋਲੇ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਸਿਰ ਤੇ ਹੱਥ ਰੱਖੋ, ਜਿਉਂ ਬਲਵ ਹੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ, ਦੇਵੋ ਆਪਣਾ ਨਾਮ। ਸਤਿਗੁਰੂ ਜੀ, ਅੱਜ ਸਹਿਜ ਪਾਠ ਕਰਦਿਆਂ ਕਰਦਿਆਂ ਇੱਕ ਗੁਰਬਾਣੀ ਦਾ ਬਚਨ ਮੇਰੇ ਅੰਦਰ ਆਇਆ ਵੀ ਨਾਨਕ ਸੱਚੇ ਨਾਮ ਬਿਨ ਬੋਲੋ ਭਲਾ। ਥੋੜ੍ਹਾ ਬਹੁਤਾ ਕਰ ਲਓ ਇਹਦਾ ਅਰਥ ਵੀ ਹੇ ਨਾਨਕ, ਬਿਨਾਂ ਸਿਰ ਤੇ ਖੁਰ, ਪੈਰਾਂ ਨੂੰ ਖੁਰ ਕਹਿੰਦੇ, ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਪਾਟੀ, ਪੱਤ ਦਾ ਜਿਹੜਾ ਕੱਪੜਾ ਸੀ ਨਾ, ਲੀਰੋ ਲੀਰ ਹੋ ਗਿਆ। ਕਿਹਦਾ? ਨਾਮ ਤੋਂ ਬਿਨਾਂ। ਅਸੀਂ ਤੇ ਬਾਹਰ ਦੀ ਗੱਲ ਨਹੀਂ ਕਰਦੇ, ਆਪਣੇ ਘਰ ਦੀ ਗੱਲ ਕਰਦੇ ਹਾਂ ਵੀ ਸਿੱਖ ਪੰਥ ਦਾ ਕੀ ਬਣਿਆ। ਇਹ ਤਰ੍ਹਾਂ ਲੱਗਦਾ ਵੀ ਲੀਰਾਂ ਲੀਰਾਂ ਹੋ ਗਿਆ। ਜਿਹੜਾ ਤੇਗ ਬਹਾਦਰ ਧਰਮ ਦੀ ਚਾਦਰ ਸੀ ਨਾ, ਕਿਸੇ ਵੇਲੇ ਲੋਕਾਂ ਦੇ ਪਰਦੇ ਢੱਕਣ ਵਾਲਾ ਸ਼ਹਿਨਸ਼ਾਹ, ਲੋਕਾਂ ਦਾ ਜਨੇਊ ਬਚਾਉਣ ਵਾਲਾ, ਟਿੱਕੇ ਬਚਾਉਣ ਵਾਲਾ, ਤੇ ਕਿਹਾ ਸੀ ਵੀ ਇਹ ਜਿਹੜੀ ਤਲਵਾਰ ਮਾਰ ਕੇ ਤੂੰ ਮੇਰੇ ਚੋਲੇ ਦੀ ਸਿਰ ਲਾਇਆ ਤੇ ਤਾਲ ਵੱਖਰਾ ਕੀਤਾ ਹੈ, ਇਹ ਜਿਹੜੀ ਚਾਦਰ ਆ ਨਾ, ਦੋ ਟੋਟੇ ਜੋੜੀ ਜੁੜ ਜਾਣੀ ਆ, ਇੱਕ ਚਾਦਰ ਬਣ ਜਾਣੀ ਆ ਜਿਹਨੇ ਹਰ ਇੱਕ ਦੇ ਪਰਦੇ ਢੱਕਣਾ। ਉਹ ਚਾਦਰ ਸਾਡੇ ਉੱਤੇ ਸੀ, ਅਸੀਂ ਵਾਰਸ ਸਾਂ ਉਸ ਧਰਮ ਦੇ, ਉਹਨੂੰ ਪੈਰੋਕਾਰ ਸਾਂ ਮੰਨਣ ਵਾਲੇ, ਸਾਡੇ ਨਾਲ ਵੀ ਉਹੀ ਕੁਝ ਹੋਇਆ ਜੋ ਲੋਕਾਂ ਨਾਲ ਹੋਇਆ। ਜਿਹਨਾਂ ਕੋਲ ਗੁਰੂ ਸੀ ਉਹ ਵੀ ਖੂਹ ਚੜ ਕੇ, ਸਮਝ ਰਹੇ ਹੋ, ਇਸ ਸ੍ਰਿਸ਼ਟੀ ਵਿੱਚ ਗੁਰੂ ਕੇਵਲ ਸਿੱਖ ਕੋਲ ਆ, ਪਤਾ ਵੀ ਨਹੀਂ ਇਸ ਗੱਲ ਦਾ। ਪੀਰ ਹੈਗੇ ਨੇ, ਪੈਗੰਬਰ ਹੈਗੇ ਆ, ਮੁਸਲਮਾਨ ਕੋਲ ਗੁਰੂ ਸ਼ਬਦ ਨਹੀਂ ਹੈਗਾ। ਗੁਰੂ ਰੂਹ ਨੇਰੇ 'ਚ ਪ੍ਰਕਾਸ਼ ਵਿਖਾਉਣ ਵਾਲਾ ਗੁਰੂ ਕਿਸੇ ਕਮਿਊਨਿਟੀ ਕੋਲ ਨਹੀਂ ਹੈਗਾ। ਉਹਨਾਂ ਕੋਲ 33 ਕਰੋੜ ਦੇਵੀ ਦੇਵਤੇ ਹੈਗੇ ਆ, ਗੁਰੂ ਨਹੀਂ ਹੈਗਾ। ਪਰ ਪਕੜਦੇ ਹੋ ਗੱਲ, ਇਹਨਾਂ ਦੇ ਕਿਤੇ ਇਤਿਹਾਸ ਵਿੱਚ ਗੁਰੂ ਦਾ ਜ਼ਿਕਰ ਨਹੀਂ ਆਉਂਦਾ। ਜਿਹਨਾਂ ਕੋਲ ਗੁਰੂ ਨਹੀਂ ਸੀ ਉਹ ਵੀ ਖੂਹ 'ਚ ਡਿੱਗ ਪਏ, ਜਿਹਨਾਂ ਕੋਲ ਗੁਰੂ ਸੀ
ਦੁੱਖ ਇਸ ਗੱਲ ਦਾ ਹੈ ਵੀ ਕੋਈ 1400 ਸਾਲ ਪੁਰਾਣਾ ਹੈ, ਕੋਈ 1000 ਸਾਲ ਪੁਰਾਣਾ ਹੈ, ਇਹ ਜਿਹੜੇ ਵੇ ਨੇ ਮਜ਼ਹਬ ਨੇ, ਅਸੀਂ ਤਾਂ ਸਾਰਾ ਪੀਰੀਅਡ ਹੀ ਅਜੇ 550 ਸਾਲ ਤੋਂ ਸ਼ੁਰੂ ਹੋਇਆ ਸਾਡਾ, ਅਤੇ 550 ਸਾਲ ਦੀਆਂ ਕਿੰਨੀਆਂ ਕੁ ਸਾਡੀਆਂ ਜਿਨਸਾਂ ਗੁਜਰੀਆਂ ਹੋਣਗੀਆਂ, 5 ਨਹੀਂ ਤਾਂ 6, ਜੇ 100-100 ਸਾਲ ਦੀ ਲਾਓ, 80 ਸਾਲ ਦੀ ਲਾਓ ਤਾਂ 7 ਲਾ ਲਓ। ਇੰਨੀਆਂ ਪੁਸ਼ਤਾਂ ਗਾਇਬ ਗਾਇਬ ਪੀੜ੍ਹੀ ਦਰ ਪੀੜ੍ਹੀ ਦੱਸਦੀਆਂ ਵੀ ਸਾਡੇ ਕੋਲ ਕੀ ਸੀ ਅਤੇ ਅਸੀਂ ਕਿਸ ਤਰ੍ਹਾਂ ਦੇ ਸਾਂ, ਪਤਾ ਨਹੀਂ ਲੱਗ ਰਿਹਾ, ਗਾਇਬ ਗਾਇਬ ਹੀ ਦੱਸ ਦਿੰਦੇ। ਹੁਣ ਜਿਹੜੀਆਂ 1000 ਸਾਲ ਕੌਮਾਂ ਪੁਰਾਣੀਆਂ ਨੇ ਉਹਨਾਂ ਕੋਲ ਤਾਂ ਇਸ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ। ਸਾਡੇ ਵੱਡੇ ਵਡੇਰਿਆਂ ਦੀ ਹਾਲੇ ਕੱਲ੍ਹ ਦੀ ਕਹਾਣੀ ਹੈ, ਖੋਪੜੀ ਲੱਥੀ ਬੰਦ ਬੰਦ ਕੱਟੇ ਗਏ, ਚਰਖੜੀਆਂ 'ਤੇ ਚਾੜ ਕੇ ਤੂੰਬੇ ਤੂੰਬੇ ਡਾਹ ਦਿੱਤਾ ਭਾਈ ਸ਼ਹਿਬਾਜ਼ ਸਿੰਘ ਨੂੰ, ਸ਼ਬੇਕ ਸਿੰਘ ਨੂੰ, ਕੱਲ੍ਹ ਦੀ ਕਹਾਣੀ। ਉਹ ਚੀਜ਼ਾਂ ਪਈਆਂ ਸਾਡੇ ਕੋਲ ਅਜੇ ਸਾਂਭੀਆਂ ਜਿਹਨਾਂ ਦੇ ਉੱਤੇ ਸਾਨੂੰ ਉਡਾਇਆ। ਲਾਹੌਰ ਦੇ ਵਿੱਚ ਜਾਓ, ਚਰਖੜੀ ਅਜੇ ਹੈਗੀ, ਦੇਗ ਹੈਗੀ ਜਿਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੂੰ ਉਬਾਲਿਆ, ਉਹ ਜਗ੍ਹਾ ਹੈਗੀ ਜਿੱਥੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ। ਇੰਨਾ ਕੁਝ ਇਤਿਹਾਸਕ ਪੱਖ ਸਾਡੇ ਬੋਲਦੇ ਹੋਣ ਅਤੇ ਅੱਜ ਇਹ ਕੌਮ ਜਿਹੜੀ ਸਪਿਰਟ ਨਾਲ ਇਹ ਸਭ ਕੁਝ ਸਹਿ ਲੈਂਦੀ ਸੀ, ਇਹਦੇ ਕੋਲ ਕੀ ਜ਼ੋਰ ਸੀ? ਕੀ ਇਹ ਉਹਨਾਂ ਵਾਂਗੂੰ ਦੁੰਬੇ ਖਾਂਦੇ ਸੀ, ਬੱਕਰੇ ਵੜ ਵੜ ਕੇ ਖਾਂਦੇ ਸੀ? ਕੀ ਐਨਰਜੀ ਸੀ ਇਹਨਾਂ ਕੋਲ ਸ਼ਬਦ ਦੀ? ਇਹ ਗੱਲ ਨੋਟ ਕਰਿਓ ਚੰਗੀ ਤਰ੍ਹਾਂ, ਇਹਨਾਂ ਕੋਲ ਐਨਰਜੀ ਸ਼ਬਦ ਦੀ ਸੀ। ਵੀ ਇਹ ਸ਼ਬਦ ਰੱਖਦੇ ਨੇ ਅਤੇ ਸ਼ਬਦ ਦਾ ਜਾਪ ਕਰਨ ਵਾਲਾ ਜੀਵਤ ਭੇਖੇ ਜਿਹਨੀ ਹਰ ਹਰ 'ਤੇ ਆਇਆ, ਜਿਉਂਦੇ ਨੇ ਉਹ ਲੋਕ ਜਿਹੜੇ ਵਾਹਿਗੁਰੂ 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 ਜਪਦੇ। ਇਹਨਾਂ ਦੇ ਵਿੱਚੋਂ ਬਹੁਤਾਤ ਲੋਕਾਂ ਨੇ ਵਾਹਿਗੁਰੂ ਜਪਣਾ ਛੱਡ ਦਿੱਤਾ ਅਤੇ ਆਖਾਂ ਜੀਵਾਂ, ਫਿਰ ਮੁਰਦਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਮੁਰਦਿਆਂ ਦੇ ਇਕੱਠ ਹੋਣੇ ਸ਼ੁਰੂ ਹੋ ਗਏ। ਨਹੀਂ ਪਤਾ ਲੱਗ ਰਿਹਾ, ਅੱਜ 2.25 ਲੱਖ ਉੱਥੇ ਬੰਦਾ ਇਕੱਠਾ ਹੋਇਆ। ਸਰੀ ਦੇ ਨਗਰ ਕੀਰਤਨ ਨੇ ਹਿੰਦੁਸਤਾਨ ਦੀ ਸਰਕਾਰ ਦੀ ਨੀਂਦ ਹਰਾਮ ਕਰਤੀ, ਉਹ ਤੁਹਾਡੇ ਬਾਰੇ ਸਭ ਕੁਝ ਜਾਣਦੇ। ਟੋਰਾਂਟੋ ਦੇ ਨਗਰ ਕੀਰਤਨ ਨੇ ਹਿੰਦੁਸਤਾਨ ਦੀਆਂ ਸਰਕਾਰ ਦੀਆਂ ਨੀਂਦਾਂ ਉਡਾਤੀਆਂ, ਸਾਰਾ ਅਸਮਾਨ ਜਕਾਰਿਆਂ ਨਾਲ ਗੂੰਜ ਉੱਠਿਆ। ਵੇਖੋ ਇਹ ਸੱਚ ਤਾਂ ਸੁਣਨਾ ਪੈਣਾ, ਹਜੇ ਨਹੀਂ ਹੋਇਆ। ਪੀਲੀਆਂ ਤੇ ਨੀਲੀਆਂ ਦਸਤਾਰਾਂ ਤੇ ਕੇਸਕੀਆਂ ਤੇ ਜਕਾਰਿਆਂ ਤੇ ਕੇਸਰੀ ਨਿਸ਼ਾਨਾਂ ਨੇ ਹਿੰਦੁਸਤਾਨ ਦੀ ਨੀਂਦ ਹਰਾਮ ਕਰਤੀ। ਤੁਹਾਨੂੰ ਭਾਵੇਂ ਆਪਣੇ ਬਾਰੇ ਨਾ ਪਤਾ ਹੋਵੇ, ਤੁਹਾਡੇ ਦੁਸ਼ਮਣ ਨੂੰ ਤੁਹਾਡੇ ਬਾਰੇ ਪਤਾ ਹੈ ਵੀ ਤੁਸੀਂ ਕਿੱਥੇ ਖਲੋਤੇ, ਕਿਉਂਕਿ ਤੁਹਾਡੇ ਨਾਲੋਂ ਜ਼ਿਆਦਾ ਬੰਦੇ ਉਹਨਾਂ ਦੇ ਵਿੱਚ ਨੇ ਜਿਹੜੇ ਤੁਹਾਡੇ ਬਾਰੇ ਜਾਣਦੇ ਆ ਵੀ ਤੁਸੀਂ ਕੇਵਲ ਇਕੱਠ ਕਰ ਸਕਦੇ ਹੋ, ਤੁਹਾਡੇ ਵਿੱਚ ਉਹ ਸਪਿਰਿਟ ਨਹੀਂ ਹੁਣ ਹੈਗੀ ਜਿਹਦੇ ਕਰਕੇ ਤੁਸੀਂ ਜੀਂਦੇ ਸੋ। ਉਹਦੇ ਵੀ ਵੇ ਕਈ ਬਣਾਤੇ, ਨਾਮ ਜਪਣ ਵਾਲੇ ਵੀ ਕਈ ਵੇ ਹੋ ਗਏ। ਅਗਲਾ ਕਹਿੰਦਾ ਮੈਂ ਜਪਦਾ, ਹੁਣ ਕਨਫਿਊਜ਼ ਆ ਵੀ ਜਿਸ ਤਰ੍ਹਾਂ ਸਰਦਾਰ ਸਾਹਿਬ ਹਰਦਿਆਲ ਸਿੰਘ ਜੀ ਜਪਦੇ ਕੀਤਾ ਉਹ ਹੀ ਠੀਕ ਨਹੀਂ, ਜਾਂ ਫਿਰ ਇਹ ਆ ਵੀ ਮੈਂ ਜਿਸ ਤਰ੍ਹਾਂ ਜਪਦਾ ਉਹ ਠੀਕ ਆ, ਉਹ ਗਲਤ ਨੇ। ਸਾਰੀ ਕੌਮ ਜੇ ਅੱਜ ਰੁੜੀ ਆ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ, ਪੈਰਾਂ ਤੋਂ ਲੈ ਕੇ ਸਿਰ ਤੱਕ ਜਿਹੜਾ ਪੱਤ ਦਾ ਇੱਜ਼ਤ ਦਾ ਕੱਪੜਾ ਸੀ,
ਤੇ ਮਹਿਸੂਸ ਕਰੋ ਫਿਰ ਬੋਲੋ। ਚਾਰ ਚੁਫੇਰੇ ਦੀ ਮਯੂਸੀ, ਚਾਰ ਚੁਫੇਰੇ ਦੀ ਬਦਹਾਲੀ ਬਦਹਾਲੀ। ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਹਿਬਾਨ ਅੱਜ ਇਕੱਠੇ ਹੋਏ, ਪੜ੍ਹਿਆ ਤੁਸੀਂ, ਵੇਖ ਆਏ ਹੋ, ਇੱਥੋਂ ਤੱਕ ਵੀ ਦਿਨ ਆਉਣੇ ਸੀ। ਇਹਨਾਂ ਪ੍ਰਕਰਮਾਂ ਵਿੱਚ ਜਿੱਥੇ ਜੈਕਾਰ ਹੁੰਦੀ ਸਿੱਖਾਂ ਦੀ, ਉੱਥੇ ਇੱਕ ਸਟਾਫ ਦੂਸਰੇ ਸਟਾਫ ਦੀ ਸ਼ਿਕਾਇਤ ਕਰ ਰਿਹਾ, ਤੁਸਾਂ ਕਿਸੇ ਦੀਆਂ ਕੀ ਕਰਨੀਆਂ। ਜਿਹੜਾ ਬਾਬਾ ਬੁੱਢਾ ਸਾਹਿਬ ਦੀ ਜਗ੍ਹਾ 'ਤੇ ਬੈਠਾ ਚੌਰ ਕਰ ਰਿਹਾ, ਸਰਕਾਰ ਜੋ ਸਿੰਘ ਸਾਹਿਬ, ਉਹਦੇ ਬਾਰੇ ਸ਼ਿਕਾਇਤ ਰਹਿ ਕੌਣ ਕਿਹਾ? ਲੀਡਰਾਂ ਬਾਰੇ ਸ਼ਿਕਾਇਤ, ਰਾਗੀ ਸਾਹਿਬਾਨਾਂ ਬਾਰੇ ਸ਼ਿਕਾਇਤ। ਉਹ ਉੱਠਦਾ ਹੈ ਰਾਗੀ ਸਾਹਿਬਾਨ ਆਪਣੇ ਪਦ ਤੋਂ ਅਤੇ ਅਸੰਤੁਸ਼ਟ ਦੇ ਚਰਨਾਂ 'ਚ ਜਾ ਕੇ ਬੈਠਦਾ ਹੈ। ਉਹਦਾ ਆਲਮ ਉਹਦੀ ਸ਼ਿਕਾਇਤ, ਲੀਡਰ ਦੀ ਸ਼ਿਕਾਇਤ, ਰਾਜਨੀਤਿਕ ਦੀ ਸ਼ਿਕਾਇਤ, ਧਾਰਮਿਕ ਸੰਤਾਂ ਦੀ ਸ਼ਿਕਾਇਤ। ਪਕੜ ਰਹੇ ਹੋ? ਜਿਹੜੇ ਬੜੇ ਬੜੇ 108 110 ਬ੍ਰਹਮ ਗਿਆਨੀ ਖਵਾਉਣ ਵਾਲੇ, ਉਹਨਾਂ ਦੀਆਂ ਸ਼ਿਕਾਇਤਾਂ ਉੱਥੇ। ਹੁਣ ਸਿੰਘ ਸਾਹਿਬ ਦੀਆਂ ਸ਼ਿਕਾਇਤਾਂ, ਜਥੇਦਾਰ ਦੀਆਂ ਸ਼ਿਕਾਇਤਾਂ। ਇੱਥੇ ਤੁਹਾਨੂੰ ਤਾਂ ਮੈਨੂੰ ਸੋਚਣਾ ਪੈਣਾ ਵੀ ਗੱਲ ਕੀ ਹੋਈ, ਆਖਿਰ ਉਹ ਐਨਰਜੀ ਕਿੱਥੇ ਗਈ? ਜਿਹੜਾ ਬੰਦਾ ਸਿੱਖ ਮਰ ਜਾਂਦਾ ਸੀ ਤੇ ਕਹਿੰਦਾ ਨਾ ਕਰੈਤ ਨਹੀਂ ਕਰਨੀ, ਮਰ ਜਾਣਾ ਹੈ, ਤੇ ਸਾਨੂੰ ਪੰਜ ਪਿਆਰੇ ਸਾਹਿਬਾਨਾਂ ਜਿਹਨਾਂ ਨੂੰ ਛਕਾਇਆ ਸੀ, ਉਹ ਕਹਿੰਦੇ ਸੀ ਵੀ ਮਰ ਜਾਣਾ ਹੈ, ਕੁਰਾਇਤ ਨਹੀਂ ਕਰਨੀ। ਉਹ ਗੱਲਾਂ ਕਿੱਥੇ ਰਹੀਆਂ? ਇਹਦੀ ਸਾਰੀ ਦਾ ਕਾਰਨ ਸਾਡੇ ਕੋਲੋਂ ਐਨਰਜੀ ਕਾਹਦੀ ਮੁੱਕੀ? ਰੋਟੀ ਦੀ ਤੇ ਮੁੱਕੀ ਨਹੀਂ, ਕੱਪੜੇ ਦੀ ਤੇ ਮੁੱਕੀ ਨਹੀਂ, ਸਰਦਾਰੀਆਂ ਤੇ ਅੱਗੇ ਨਾਲ। ਇਹ ਇਸ ਗੱਲ ਨੂੰ ਹੀ ਆਖੀ ਜਾਂਦੇ ਨੇ ਗਰੀਬ ਸਿੱਖਣ ਕੋ ਦੇਵ ਪਾਤਸ਼ਾਹੀ। ਇੱਕ ਵਾਰ ਇੱਥੇ ਮੇਰੇ ਨਾਲ ਕੋਈ ਸਿੰਘ ਆਇਆ, ਤੁਸਾਂ ਇੱਥੇ ਕਿਸੇ ਪਰਿਵਾਰ ਨੇ ਉਹਨੂੰ ਇੱਕ ਕੜੀ ਦਿੱਤੀ, ਬੂਟ ਦਿੱਤੇ ਨੇ ਕੀ ਦੇ, ਉਹ ਉੱਥੇ ਕੜੀ ਬੰਨ ਕੇ ਆ ਗਿਆ ਦਾਸ ਦੇ ਕੋਲ। ਮੈਂ ਕਿਹਾ ਬੜੇ ਸੋਹਣੇ ਪਾਏ ਆ। ਕਹਿੰਦਾ ਮੈਂ ਗਰੀਬ ਬੰਦਾ ਸਾਂ, ਮੈਂ ਵੀ ਵੇਖੋ ਕਿੱਡੀ ਸੋਹਣੀ ਕੀਮਤੀ ਕੜੀ ਬੱਧੀ ਹੈ ਅਤੇ ਬੂਟ ਪਾਏ ਆ। ਮਹਾਰਾਜ ਦਾ ਹੁਕਮ ਸੀ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ। ਜੇ ਤੁਹਾਡੇ ਕੋਲ ਚਾਰ ਪੈਸੇ ਆ ਤੇ ਪਾਤਸ਼ਾਹੀ ਇਹ ਨਹੀਂ ਗੀ, ਜੇ ਤੁਹਾਡੇ ਕੋਲ ਚਾਰ ਗੱਡੀਆਂ ਤੇ ਪਾਤਸ਼ਾਹੀ ਇਹ ਨਹੀਂ ਗੀ, ਪਾਤਸ਼ਾਹੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਬੋਲੋ ਬੋਲਾ, ਜੇ ਝੂਠੀਆਂ ਨੇ ਸਾਰੀਆਂ ਹੋਰ ਪਾਤਸ਼ਾਹੀਆਂ, ਅਮੈਰੀਕਾ ਤੋਂ ਲੈ ਕੇ ਹਿੰਦੁਸਤਾਨ ਤੱਕ ਜੋ ਦੁਨੀਆਂ ਦੇ ਕੋਲ ਪਾਤਸ਼ਾਹੀ ਲੋਕ ਬਣਾ ਕੇ ਬੈਠੇ ਵੀ ਇੱਥੋਂ ਦਾ ਬਾਦਸ਼ਾਹ ਵਾ ਜੀ, ਇੱਥੋਂ ਪਾਤਸ਼ਾਹ ਵਾ, ਅਗਰ ਫਿਰ ਪਾਤਸ਼ਾਹ ਕੌਣ ਨੇ? ਕਹਿੰਦੇ ਨਾਮ ਰੱਤੇ ਪਾਤਸ਼ਾਹ। ਹੁਣ ਤੁਹਾਡੇ ਕੋਲ ਉਹ ਤੇ ਪਾਤਸ਼ਾਹੀ ਰਹੀ ਨਹੀਂ, ਤੇ ਫਿਰ ਸਰਦਾਰ ਅਜਮੇਰ ਸਿੰਘ ਦੀ ਕਿਤਾਬ ਕਿਸ ਵਿਧ ਰੁਲੀ ਪਾਤਸ਼ਾਹੀ? ਜਿਹੜੀ ਪਾਤਸ਼ਾਹੀ ਸਾਨੂੰ ਸਤਿਗੁਰੂ ਨੇ ਬਖਸ਼ੀ ਗਰੀਬ ਸਿੱਖਣ ਕੋ ਦੇਊ, ਉਹ ਪਾਤਸ਼ਾਹੀ ਕਿਤਨਾ ਰੁੜੀ? ਉਹਨੇ ਸਾਰੀ ਕਿਤਾਬ ਦੇ ਵਿੱਚ ਇੰਨਾ ਜ਼ੋਰ ਲਾਇਆ, ਇੰਨਾ ਜ਼ੋਰ ਲਾਇਆ ਇੱਕ ਇੱਕ ਗੱਲ ਦੱਸਣ ਦੇ ਕੀ ਅਸੀਂ ਸਿੱਖਾਂ ਨੇ ਕਿਤਾਬ ਪੜ੍ਹੀ, ਕੀ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਵੀ ਸਾਰੀ ਵੇਖੀ? ਇੱਕ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਦਾ ਸਾਰੀ ਕਰੀਮ ਲਾਤੀ ਉਸ ਗੱਲ ਤੇ ਵੀ ਕਿਹੜਾ ਤਰੀਕੇ ਸੀ, ਕਿਹੜੇ ਵੇ ਸੀ, ਕਿਹੜੀਆਂ ਏਜੰਸੀਆਂ ਸੀ ਜਿਨ੍ਹਾਂ ਦੇ ਰਾਹੀਂ ਬੰਦੇ ਵਾੜ ਵਾੜ ਕੇ ਤੇ ਇਸ ਪਾਤਸ਼ਾਹੀ ਨੂੰ ਰੋਲਿਆ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਸੀ ਵੀ ਮੈਂ ਵਚਨ ਕੀਤਾ ਹੈ। ਗੁਰੂ ਵਚਨ ਕਰਕੇ ਇੱਕ ਵਚਨ ਹੀ ਤੇ ਹੈ ਜਿਹੜਾ ਗੁਰੂ ਨਹੀਂ ਬਦਲਦਾ, ਵਚਨ ਤੋਂ ਗੁਰੂ ਨੇ ਕਿਹਾ ਸੀ ਮੈਂ ਦਊਂਗਾ ਇਹਨਾਂ ਨੂੰ, ਇਹ ਰਹਿੰਦੀ ਦੁਨੀਆਂ ਤੱਕ। ਜਿਹੜਾ ਗਰੀਬ ਹੋਊਗਾ, ਗਰੀਬ ਪੈਸੇ ਕਰਕੇ ਨਹੀਂ, ਨਿਮਰਤਾ ਕਰਕੇ,
ਤੇ ਜਿਹਦੇ ਕੋਲ ਚਾਰ ਪੈਸੇ ਆ ਜਾਂਦੇ, ਜਿਹੜਾ ਪ੍ਰਧਾਨ ਗੁਰਦੁਆਰੇ ਦਾ ਬਣ ਜਾਂਦਾ ਹੈ ਉਹਦੇ ਤੋਂ ਗਰੀਬੀ ਉੱਡ ਜਾਂਦੀ, ਪੈਸੇ ਵਾਲੇ ਕੋਲ ਉੱਡ ਜਾਂਦੀ ਆ। ਕੀ ਕਮਿਆ ਜਿਹੜਾ ਸਿੱਖ ਹੋਣ ਨਹੀਂ ਕਰਦਾ, ਇਹਦੇ ਨੂੰ ਚਾਰ ਪੈਸੇ ਦਿੱਤੇ। ਇੱਕ ਬਾਬੇ ਕਬੀਰ ਜੀ ਦਾ ਬਚਨ ਹੈ, ਹਮ ਨਿਰਧਨ ਜੋ ਇਹ ਧਨ ਪਾਇਆ, ਪਤਾ ਲੱਗ ਜੂ ਕਿ ਗਰੀਬਾਂ ਨੇ ਇਹ ਨਹੀਂ ਨਹੀਂ ਨਾ ਨਾ ਆ ਆ ਪੈਸੇ ਮਿਲ ਗਏ। ਹਾਲੀ ਇਹਦਾ ਅਰਥ ਕਰਦੇ ਹਾਂ ਆਪਾਂ ਵੀ ਗਰੀਬ ਬੰਦੇ ਆਏ ਸਾਂ, ਚਾਰ ਪੈਸੇ ਆ ਗਏ। ਤੇ ਅੱਗੇ ਸ਼ਬਦ ਬੜਾ ਸੋਹਣਾ ਲਿਖਿਆ, ਤੁਹਾਨੂੰ ਮਤਲਬ ਮਰਤੇ ਫੂਟ ਗਮਾਨੀ, ਕਹਿੰਦੇ ਇਹਦੇ ਕੋਲ ਚਾਰ ਦਮੜੀਆਂ ਗਈਆਂ, ਫੁੱਟ ਕੇ ਮਰ ਚੱਲਿਆ। ਅਸੀਂ ਭਾਸ਼ਾ ਬੋਲਦੇ ਪਤਾ ਨਹੀਂ ਤੁਹਾਡੇ ਵੇਲੇ ਬੋਲੀ ਕਿ ਨਹੀਂ, ਫੁੱਟ ਕੇ ਮਰ ਚੱਲਿਆ। ਤੇ ਉਹ ਫੁੱਟ ਕੇ ਮਰਦਿਆਂ ਮਰਦਿਆਂ ਅਸੀਂ ਕਿਹੜਾ ਗੁਨਾਹ ਨਹੀਂ ਕੀਤਾ? ਧੀਆਂ ਅਸੀਂ ਮਾਰੀਆਂ, ਸ਼ਰਾਬਾਂ ਅਸੀਂ ਪੀਤੀਆਂ, ਕੇਸ ਅਸੀਂ ਕੱਟੇ, ਕਿਹੜਾ ਕਿਹੜਾ ਗੁਨਾਹ ਹੈ ਜਿਹੜਾ ਅਸੀਂ ਨਹੀਂ ਕੀਤਾ? ਤੇ ਉਹ ਸਾਰੇ ਉਸ ਸਰਦਾਰ ਨੇ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ, ਸਰਦਾਰ ਅਜਮੇਰ ਸਿੰਘ ਨੇ। ਨਹੀਂ ਸੁਣੀ, ਨਹੀਂ ਪੜ੍ਹੀ, ਸਾਨੂੰ ਆਦਤ ਪੈ ਗਈ ਆ ਹਰ ਗੱਲ ਉੱਤੇ ਪਰਦਾ ਪਾ ਕੇ ਅਗਲੀ ਗੱਲ ਦੀ ਵੇਟ ਕਰਨੀ ਵੀ ਕੱਲ੍ਹ ਨੂੰ ਕੀ ਚੰਦ ਚੜ੍ਹਦਾ। ਆਹ ਜਿਹੜਾ ਹੁਣ ਅੱਜ ਹੈ ਨਾ ਸਾਡੇ ਸਾਹਮਣੇ ਟੋਪਿਕ, ਵੀ ਇਹ ਕੀ ਬਣਿਆ ਜੀ? ਸਾਨੂੰ ਲਵ ਕੁਛ ਦੀ ਅੰਸ ਬੰਸ ਕਹਿਤਾ, ਇਹ ਵੀ ਵੇਖਣਾ ਕੋਈ ਨਾ ਕੋਈ ਨਵਾਂ ਕੱਲ੍ਹ ਨੂੰ ਚੰਦ ਚੜ੍ਹਨਾ ਹੋਰ, ਇਹ ਵੀ ਠੰਡੇ ਬਸਤੇ 'ਚ ਪੈ ਗਿਆ। ਆਦਤ ਹੋ ਗਈ, ਯੂਜ਼ ਟੂ ਹੋ ਗਏ ਅਸੀਂ ਇਹਨਾਂ ਗੱਲਾਂ ਦੇ। ਮੇਰਾ ਸਾਹਿਬ ਕਹਿੰਦਾ ਆਓ ਆਪਾਂ ਜਿੰਨੇ ਕੁ ਬੰਦੇ ਬੈਠੇ ਹਾਂ, ਜਿੰਨੇ ਗੁਰੂ ਕੇ ਸਿੱਖ ਬੈਠੇ ਹਾਂ, ਇਹਦਾ ਕਾਰਨ ਲੱਭੀਏ, ਆਖਿਰ ਰੁਲੇ ਕਿਉਂ ਆ? ਤੇ ਗੁਰੂ ਨੇ ਅੱਜ ਇੱਕ ਕਾਰਨ ਦੱਸਿਆ, ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਾਤਰ ਪਾਟੀ। ਸਾਡੀ ਇੱਜ਼ਤ ਅੱਜ ਵੀ ਬਣ ਸਕਦੀ ਆ, ਅਸੀਂ ਅੱਜ ਫਿਰ ਪਾਤਸ਼ਾਹ ਬਣ ਸਕਦੇ ਹਾਂ, ਕਿਤੇ ਉਹ ਲਿਆਉਣਾ ਨਹੀਂ। ਵੇਖੋ ਇੱਕ ਚੀਜ਼ ਦੀ ਲਿਆਉਣੀ, ਇੱਕ ਚੀਜ਼ ਦੀ ਲਿਆਂਦੀ। ਗੁਰੂ ਨੇ ਸਾਨੂੰ ਸਤਿਗੁਰ ਸਿੱਖ ਕੋ ਨਾਮ ਧਨ ਦਿੱਤਾ ਹੈ, ਇੱਕ ਚੀਜ਼ ਕਿਤੇ ਉਹ ਕਮਾ ਕੇ ਲਿਆਉਣੀ। ਹੁਣ ਤੁਸੀਂ ਪੈਸਾ ਕਿਤੇ ਕਮਾ ਕੇ ਲਿਆਉਣਾ, ਕਿਤੇ ਕੰਮ ਤੇ ਜਾਓਗੇ ਤੇ ਕਮਾਓਗੇ, ਮਗਰ ਇੱਥੇ ਤੇ ਦਿੱਤਾ ਹੈ ਨਾ, ਤੇ ਦਿੱਤਾ ਹੈ ਤੇ ਉਹਦੀ ਕਮਾਈ ਨਹੀਂ ਕਰ ਰਿਹਾ, ਉਹਨੂੰ ਵੇਖ ਨਹੀਂ ਰਿਹਾ, ਕਮਾਈ ਨਹੀਂ ਕਰ ਰਿਹਾ। ਕਮਾਈ ਕਰੇ ਤੇ ਅੱਜ ਸ਼ਹਿਨਸ਼ਾਹ ਬਣ ਸਕਦਾ ਹੈ ਇਹ ਕੌਮ। ਤੇ ਇਹ ਵੀ ਗੱਲ ਨੋਟ ਕਰਿਓ ਕਿ ਅਦਲਾ ਜਿਹਾ ਚੌਂਕੀਦਾਰ ਆ, ਮੈਨੂੰ ਪਤਾ ਹੈ ਵੀ ਹੁਣ ਲੋਕ ਕੀ ਸੁਣਦੇ ਆ, ਹੁਣ ਲੋਕ ਸੁਣਦੇ ਵੀ ਗਾਲਾਂ ਕਿੰਨੇ ਕੱਢੀਆਂ ਕਿਹਨੂੰ। ਉਹ ਲੱਖਾਂ ਬੰਦਿਆਂ ਦੇ ਵੀ ਆਉਂਦੇ ਜਦੋਂ ਗਾਲਾਂ ਜਾਂ ਝੂਠੀਆਂ ਫੇਕ ਕਹਾਣੀਆਂ ਸੁਣਾਉਣੀਆਂ। ਮਗਰ ਮੈਂ ਆਪ ਜੀ ਨੂੰ ਇਸ ਚੈਨਲ ਰਾਹੀਂ ਬੇਨਤੀ ਕਰਦਾ ਵੀ ਤੁਹਾਡੇ ਸਿਰ ਤੇ ਸਵੇਰੇ ਹੀ ਚੋਰ ਝੁੱਲ ਸਕਦੇ ਨੇ, ਤੁਸੀਂ ਫੇਰ ਪਾਤਸ਼ਾਹ ਬਣ ਸਕਦੇ ਹੋ ਜੇ ਤੁਸੀਂ ਨਾਮ ਜਪੋਗੇ। ਨਾਮ ਤੋਂ ਬਿਨਾਂ ਜਿੱਥੇ ਮਰਜ਼ੀ ਭੱਜ ਲਓ, ਕਿਤੇ ਸਿੱਖ ਬਸ ਜਸਟਿਸ ਨੂੰ ਕਹਿ ਲਓ ਕਿ ਸਾਨੂੰ ਰਾਜ ਲੈ ਦੇ, ਕਿਤੇ ਅਕਾਲੀ ਦਲ ਨੂੰ ਕਹਿ ਦਿਓ ਸਾਨੂੰ ਰਾਜ ਲੈ ਦਿਓ, ਕਿਸੇ ਪਾਰਟੀ ਨੂੰ ਕਹਿ ਦਿਓ ਤੁਹਾਨੂੰ ਰਾਜ ਲੈ ਦੇ, ਕੌਣ ਦਿੰਦਾ? ਕੋਈ ਕੋਈ ਕਿਸੇ ਕੋ ਕੋਈ ਜੇ ਤੁਸੀਂ ਇੱਕ ਸੀਟ ਤੇ ਬੈਠੇ ਆਪਣੀ ਸੀਟ ਕਿਸੇ ਲਈ ਨਹੀਂ ਛੱਡਦੇ, ਕੌਣ ਰਾਜ ਛੱਡੂ ਤੁਹਾਡੇ ਲਈ? ਕੌਣ ਤੁਹਾਨੂੰ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਦਾ ਨਕਸ਼ਾ ਸਾਰਾ ਦੇ ਦੂ ਵੀ ਲਓ ਸਿੱਖੋ ਆਣ ਕੇ ਬਹਿ ਜਾਓ? ਇੰਨਾ ਮਿਹਰਬਾਨ ਕੌਣ ਆ? ਭਾਵੇਂ ਪਾਕ ਹੋਵੇ ਭਾਵੇਂ ਚੈਨਾ ਹੋਵੇ। ਮੈਂ ਵੇਖਦਾ ਯੂਟਿਊਬ ਤੇ ਕੋਈ ਪਾਉਣ ਲਿਆ ਵੀ ਐਸਾ ਕੀ ਹੋਇਆ ਵੀ ਚੈਨਾ ਨੇ ਸਰਹੱਦਾਂ ਦੇ ਉੱਤੇ ਸਿੱਖਾਂ ਦੇ ਬੁੱਤ ਲਾ ਤੇ ਕੇਸਰੀ ਨਿਸ਼ਾਨ ਲਾ ਤੇ।
ਤੇ ਮੈਂ ਇੰਨੀ ਭੋਲੀ ਪਬਲਿਕ ਨੂੰ ਕਹਿੰਦਾ 2.5 ਲੱਖ ਬੰਦਾ ਇੱਕ ਘੰਟੇ 'ਚ ਵੇਖ ਲਿਆ ਸਿੱਖਾਂ ਨੇ ਜਕਾਰੇ ਛੱਡ ਤੇ ਬੱਲੇ ਬੱਲੇ ਬੱਲੇ, ਕਿਉਂ ਗੱਡੂ ਵੀ ਉਹ ਤੁਹਾਡੇ ਗੱਡੇ ਇਤਨਾ ਹੀ ਗੱਡੇ ਸੀ ਤੁਹਾਡੇ ਵੱਡੇ ਵੱਡੇ ਰਹਿ ਰਹੇ ਹੋ ਝੰਡੇ, ਉਦੋਂ ਚਾਇਨਾ ਨਹੀਂ ਸੀ, ਉਦੋਂ ਪਾਕਿਸਤਾਨ ਨਹੀਂ ਸੀ, ਨਹੀਂ ਪਤਾ ਲੱਗਦਾ ਹਾਜ਼ਰ ਨਹੀਂ। ਤੇ ਅਗਵਾਈ ਜੋ ਲੈ ਹੈ ਤੇ ਨਿਜ ਬਲ ਤੇ ਭਾਈ ਜੀ, ਹੁਣ ਤੁਹਾਡਾ ਆਪਸ ਵਿੱਚ ਹੀ ਲੱਗ ਗਿਆ ਤੇ ਭੁਲੇਖੇ ਚ ਨਾ ਰਹੇ ਹੋ ਗੁਰੂ ਕੇ ਸਿੱਖੋ, ਜਿੱਥੋਂ ਜਿੱਥੋਂ ਤੱਕ ਇਹ ਆਵਾਜ਼ ਜਾ ਰਹੀ, ਜਿੰਨੇ ਸੁਣ ਰਹੇ ਹੋ 200, 400, 500, 2000 ਭੁਲੇਖੇ ਚ ਨਾ ਰਹੋ। ਕੋਈ ਕਿਸੇ ਨੂੰ ਪਰੋਸ ਕੇ ਰਾਜ ਨਹੀਂ ਦਿੰਦਾ। ਸ੍ਰੀ ਮੁਖ ਬਾਗ ਭਣਿਓ ਗਰੀਬ ਨਿਵਾਜ, ਸ੍ਰੀ ਮੁਖ ਬਾਗ ਭਣਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ। ਤੁਸੀਂ ਜਿਹੜੇ ਸੁਪਨੇ ਵੇਖਦੇ ਗੁਰੂ ਝੂਠਾ ਜਾਂ ਤੁਹਾਡੇ ਦਿਮਾਗ ਦੀਆਂ ਵੇਵਸ ਝੂਠੀਆਂ ਨੇ ਜਿਹੜੀਆਂ ਤੁਸੀਂ ਬਣਾ ਕੇ ਬੈਠੇ ਹੋ ਵੀ ਇਸ ਤਰ੍ਹਾਂ ਵੋਟਾਂ ਪੈ ਜਾਣਗੀਆਂ, ਇਸ ਤਰ੍ਹਾਂ ਕੁਝ ਹੋ ਜੂ, ਸਾਨੂੰ ਜੀ ਦੇ ਦੂਗਾ ਪਰੋਸ ਕੇ, ਯਾਰ ਤੁਹਾਡਾ ਕੌਣ ਆ, ਕੌਣ ਹੈ ਬੇਲੀ? ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਨਾ, ਪਾਪ ਸਾਰੇ ਕੀਤੇ, ਧੀਆਂ ਮਾਰੀਆਂ ਸਭ ਕੁਛ ਕੀਤਾ, ਹਾਂ ਤੁਸੀਂ ਕਰਦਾਰ ਚ ਪੂਰੇ ਹੁੰਦੇ ਤੇ ਹੋ ਸਕਦਾ ਰੱਬ ਕਿਸੇ ਦੇ ਅੰਦਰ ਵੱਸ ਕੇ ਤੇ ਤੁਹਾਡੀ ਬਾਂਹ ਫੜ ਲੈਂਦਾ। ਕਰਦਾਰ ਤਾਂ ਸਾਡੇ ਕੋਲ ਵੀ ਨਹੀਂ, ਕਿਉਂ ਫੜੇ ਕੋਈ ਸਾਡੀ ਬਾਂਹ? ਕਿਉਂ ਅਮੈਰੀਕਾ ਦੇ ਬਾਦਸ਼ਾਹ ਦੇ ਹਿਰਦੇ ਚ ਵੱਸੇ ਰੱਬ? ਵੀ ਇਹ ਰੁਲਦੇ ਫਿਰਦੇ ਵੀ ਇਹਦੀ ਮਦਦ ਕਰ ਦੋ, ਕਿਉਂ ਵੱਸੇ? ਸਿੱਖ ਵੀ ਤੇ ਨਹੀਂ, ਜੇ ਗਰੀਬੀ ਨਹੀਂ ਆਈ ਹਿਰਦੇ ਵਿੱਚ, ਨਿਮਰਤਾ ਹੀ ਨਹੀਂ ਆਈ ਤੇ ਆਪਾਂ ਕਿਹੜੇ ਸੁਪਨੇ ਵਿੱਚ ਬੈਠੇ ਹਾਂ ਭਾਈ ਜੀ? ਆਪਾਂ ਨੂੰ ਹਕੀਕਤ ਦਾ ਸਾਹਮਣਾ ਕੱਲ੍ਹ ਤੋਂ ਨਹੀਂ, ਇਮੀਡੀਏਟਲੀ, ਹੁਣ ਤੋਂ ਹੀ, ਰਾਈਟ ਵੇ, ਹੁਣ ਤੋਂ ਹੀ ਸਵਾਸ ਸਵਾਸ ਸਿਮਰਨ ਕਰਨਾ ਚਾਹੀਦਾ ਸਾਰੀ ਕੌਮ ਨੂੰ। ਅੱਜ ਜਿੰਨੇ ਕੁ ਸੁਣ, ਮੈਨੂੰ ਪਤਾ ਹੈ ਸਾਰੀ ਗੱਲ ਦਾ, ਉਨੇ ਹੀ। ਤੇ ਜਿੱਦਣ ਕਿਸੇ ਬਾਗ ਦੇ ਵਿੱਚੋਂ 50 ਬੂਟੇ ਬਰਬਾਦ ਹੋ ਜਾਣ ਤੇ 3 ਰਹਿ ਜਾਣ ਤੇ ਲੋਕੀ ਬਾਗ ਉਜੜਿਆ ਨਹੀਂ, ਜੇ ਕਹਿੰਦੇ ਇਹ ਗੱਲ ਨੋਟ ਕਰਿਓ, ਕੀ ਕਹਿੰਦੇ? 47 ਬੂਟੇ ਖਰਾਬ ਹੋ ਗਏ ਨੇ ਤੇ 3 ਬੂਟੇ ਬਚੇ ਆ, ਤੇ ਜੇ 50 ਦੇ 50 ਬਰਬਾਦ ਹੋ ਜਾਣ ਤੇ ਕੀ ਕਹਿੰਦੇ ਬਾਗ? ਤੇ ਇੰਨੀ ਤੇ ਆਪ ਜੀ ਨੂੰ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਸਦਕਾ ਕਹਿਣਾ ਵੀ ਉਹ ਦਿਨ ਕਦੀ ਨੀ ਦੁਨੀਆਂ ਦੇ ਉੱਤੇ ਆਉਣਾ ਜਿਸ ਦਿਨ ਕਹਿਣਾ ਸਿੱਖੀ ਦਾ ਬਾਗ ਉਜੜ ਗਿਆ। ਅਜੇ ਵੀ ਸੰਸਾਰ 'ਚ ਉਹ ਰੂਹਾਂ ਬੈਠੀਆਂ ਨੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਆਪਣਾ ਸ਼ਹਿਨਸ਼ਾਹ ਸਮਝਦੀਆਂ, ਆਪਣਾ ਸੈਨਾਪਤੀ ਸਮਝਦੀਆਂ। ਤੇ ਚਮਕੌਰ ਦੀ ਜਗੜੀ ਦੇ ਵਿੱਚੋਂ ਕਿਸੇ ਨੇ ਲਿਖਿਆ ਵੀ ਪੁੱਤ ਸ਼ਹੀਦ ਹੋ ਗਏ, 40 ਸਿੰਘ ਵੀ ਸ਼ਹੀਦ ਹੋ ਗਏ ਜਿਹੜੇ ਸਾਰੇ ਸੀ ਨਾਲ ਦੇ, ਤੇ 10 ਲੱਖ ਦੇ ਘੇਰੇ 'ਚ ਵੀ ਇਹ ਜੰਗ ਅਸੀਂ ਹਾਰੀ ਹੈ ਲਿਖਿਆ। ਕਿਉਂ ਵਧੀਆ ਦੱਸੋ? ਜਿਸ ਕੌਮ ਦਾ ਸੈਨਾਪਤੀ ਬਚ ਜਾਏ ਉਹ ਜੰਗ ਹਾਰੀ ਨਹੀਂ ਹੁੰਦੀ, ਇਹ ਹੁੰਦਾ ਵੀ ਫਿਰ ਤਿਆਰੀ ਕਰੋ। ਸਾਡਾ ਸੈਨਾਪਤੀ ਕਿਤੇ ਗਿਆ ਨਹੀਂ, ਅਸੀਂ ਮੁੜਾਂ ਫਿਰ ਵਿਸ਼ੇ ਵੱਲ, ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਆਗੂ ਨਹੀਂ ਮੰਨਿਆ, ਸੱਚ ਆ। ਕਦੀ ਅਸੀਂ ਫਲਾਣੇ ਮਾਨ ਸਾਹਿਬ ਨੂੰ ਮੰਨਿਆ, ਕਦੀ ਬਾਦਲ ਨੂੰ ਮੰਨਿਆ, ਕਦੀ ਟੌੜੇ ਨੂੰ ਮੰਨਿਆ, ਕਦੀ ਤਲਵੰਡੀ ਨੂੰ ਮੰਨਿਆ, ਕਦੀ ਢੀਂਡਸੇ ਨੂੰ ਮੰਨਿਆ, ਕੀ ਹੋਊਗਾ ਇਹਨਾਂ ਨੂੰ ਆਗੂ ਮੰਨ ਕੇ? ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ ਉਹ ਸਾਡਾ ਆਗੂ ਕਿਸ ਤਰ੍ਹਾਂ ਹੋ ਸਕਦਾ? ਇਹ ਗਹਿਰਾ ਸੋਚਣਾ ਪੈਣਾ ਹੈ, ਗਹਿਰੇ ਤਲ ਤੋਂ ਉਤਰਨਾ ਪੈਣਾ ਹੈ। ਜਿਹੜਾ ਬੰਦਾ ਨਿਤਨੇਮ ਹੀ ਨਹੀਂ ਤੇ 5 ਕਕਾਰੀ ਨਹੀਂ ਤੇ 4 ਕੁਰਾਂ ਤਾਂ ਬਚਿਆ ਨਹੀਂ,
ਉਹ ਸਾਡਾ ਲੀਡਰ ਕਿਤਨਾ, ਸਾਡਾ ਬੇੜਾ ਕਿਤਨਾ ਬੰਨੇ ਲਾ ਦੂਗਾ। ਤੁਸੀਂ ਹੋਰ ਲੱਭ ਲਿਓ, ਹੋਰ ਲੱਭ ਲਿਓ ਵੀ ਇਹਨੂੰ ਦਾੜੀ ਕਾਲੀ ਵੀ ਕੀਤੀ ਆ, ਕੱਟੀ ਵੀ ਆ, ਤੇ ਹੱਥ ਵਿੱਚ ਮੌਲੀਆਂ ਬੱਧੀਆਂ ਤੇ ਮੁੰਦਰੀਆਂ ਪਾਈਆਂ, ਘਰ 'ਚ ਮੰਦਿਰ ਬਣਾਇਆ, ਕੱਲ ਨੂੰ ਇਹਨੂੰ ਲੀਡਰ ਬਣਾ ਦਿਓ, ਉਹ ਤੁਹਾਡਾ ਬੇੜਾ ਬੰਨੇ ਲਾ ਦੂ। ਸਾਡਾ ਬੇੜਾ ਉਦਣ ਬੰਨੇ ਲੱਗਣਾ ਹੈ ਜਿੱਦਣ ਅਸੀਂ ਸਾਰੀ ਕੌਮ ਇੱਕ ਆਵਾਜ਼ ਵਿੱਚ ਕਹਾਂਗੇ ਸਭ ਭੱਜੋ ਇੱਥੋਂ, ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਜੀ ਹੈ, ਤੇ ਆਗੂ ਦਾ ਕੀ ਕੰਮ ਹੁੰਦਾ? ਡਾਇਰੈਕਸ਼ਨ ਦੇਣੀ, ਨਹੀਂ ਬਦਲ ਸੇਧ ਦੇਣੀ, ਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਸੇਧ ਨਹੀਂ ਦਿੰਦੇ? ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਕੌਮ ਆ ਜੇ ਕਬੂਲੂਗੀ ਤੇ ਰਾਜ ਤੇ ਭਾਈ ਜੀ, ਫਿਰ ਤੁਹਾਨੂੰ ਇਸ ਸਾਲ ਥੋੜਾ ਐਸ ਕੜੀ ਲਓ। ਕਲਯੁਗ ਨੂੰ ਉੱਤਮ ਆਖਿਆ, ਕਲਯੁਗ ਨੂੰ ਚੌਵਾਂ ਯੁਗਾਂ ਵਿੱਚੋਂ ਇਹ ਕਲਯੁਗ ਉੱਤਮ ਯੁਗ ਆ। ਧੰਨ ਧੰਨ ਕਲਯੁਗ ਨਾਨਕਾ ਲਿਖਿਆ ਗੁਰਬਾਣੀ ਦੇ ਵਿੱਚ, ਫਿਰ ਧੰਨ ਆ ਕਲਯੁਗ। ਕਿਉਂ ਜੀ ਇਹ ਕਿਉਂ ਧੰਨ? ਲੋਕੀ ਤੇ ਹਾਹਾਕਾਰ ਮੱਚਦੇ ਨੇ, ਬੜਾ ਬੜਾ ਪਾਪ ਆ ਜੀ, ਬੜੇ ਗੁਨਾਹ ਹੈ ਜੀ, ਕਲਯੁਗ ਤੇ ਬੜਾ ਮਾੜਾ ਹੈ। ਸਾਹਿਬ ਕਹਿੰਦੇ ਵੀ ਇਹ ਤਾਂ ਕਰਕੇ ਮਹਾਨ ਆ ਵੀ ਇਹ ਕਰ ਕਰੇ ਸੋ ਇਹ ਕਰ ਪਾਏ, ਐਸ ਹੱਥ ਨਾ ਕਰੋ ਐਸ ਹੱਥ ਨਾ ਪਾਓ। ਇੱਥੇ ਯੁੱਗ ਨਹੀਂ ਲੱਗਦੇ, ਸਾਲ ਨਹੀਂ ਲੱਗਦੇ, ਤੁਸੀਂ ਅੱਜ ਤੋਂ ਸ਼ੁਰੂਆਤ ਕਰੋ। ਸਵੇਰ ਤੋਂ ਵੇਖੋ ਨੁਹਾਰਾਂ ਬਦਲਦੀਆਂ ਪਾਉਂਦੀਆਂ, ਤੇ ਜੇ ਤੁਸੀਂ ਆਗੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਸਤਿਗੁਰ ਆਗੂ ਜਾਣੀਏ, ਜਦੋਂ ਭਾਈ ਸਾਹਿਬ ਕਹਿੰਦੇ ਗੁਰਦਾਸ ਜੀ, ਤੇ ਇੱਥੇ ਵੀ ਲਿਖਿਆ ਗੁਰਬਾਣੀ ਦੇ ਵਿੱਚ ਵੀ ਅੰਧਾ ਆਗੂ ਜੇ ਸੀ ਇਹ ਭਾਰ ਨਾਲ ਵਢਾਵੇ, ਜੇ ਅੰਨੇ ਨੂੰ ਆਗੂ ਬਣਾ ਲਓਗੇ ਤੇ ਜਿਹੜਾ ਨਾਲ ਦਾ ਸਾਰਾ ਜਥਾ ਡੋਬੂਗਾ, ਤੇ ਤੁਸੀਂ ਕਿੰਨਾ ਕੁ ਚਿਰ ਹਾਲੇ ਅਰਸ਼ਵੀਰ ਸਿੰਘ ਕਰਨਾ ਹੈ ਵੀ ਹੁਣ ਇਹਨੂੰ ਬਣਾ ਲਓ, ਹੁਣ ਆਹ ਬੰਦਾ ਚੰਗਾ ਹੈ, ਅੱਜ ਪਰਮਜੀਤ ਸਿੰਘ ਨੂੰ ਬਣਾ ਲਓ। ਕਿਤਨਾ ਤੁਹਾਡਾ ਪਰਮਜੀਤ ਸਿੰਘ ਬੇੜਾ ਬੰਦੇ ਲਾ ਦੂ, ਜਿਹੜਾ ਆਪਣੀ ਜ਼ਿੰਦਗੀ ਨਾਲ ਨਹੀਂ ਲਾ ਸਕਿਆ ਤੁਹਾਡਾ ਕਿਤਨਾ ਲਾ ਦੂ। ਜਦੋਂ ਜਿਉਂਦਾ ਜਾਗਦਾ ਉਹਨੇ ਆਖਿਆ ਅੱਜ ਤੋਂ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਕਿਉਂ ਨਹੀਂ ਮੰਨਦੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਜ਼ੀਰੀਆਂ ਵੰਡਦਾ ਨਹੀਂ, ਉਹ ਤੇ ਕਹਿੰਦਾ ਵੀ ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਧਿਆਨ ਪਰਮਿਨਾ। ਤੇ ਅੱਗੇ ਜਾ ਕੇ ਕਿਹਾ ਆ ਮੈਂ ਦੱਸਾਂ, ਟੁੱਟੀ ਜੀ ਝੋਂਪੜੀ ਚ ਵਸਣ ਵਾਲਾ ਕੱਪੜੇ ਫਟਿਆ ਵਾਲਾ ਵੀ ਰਾਜਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹੈ, ਹਰ ਨਾਮ ਮਨ ਪਿਨਾ। ਤੇ ਅਸੀਂ ਕਰਕੇ ਵਿਖਾਇਆ, ਅਸੀਂ ਗਰੀਬਾਂ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਜਿੰਨਾ ਚਿਰ ਸਾਡੇ ਕੋਲ ਨਿਤਨੇਮ ਸੀ, ਬਦਲ ਚੁੱਕੂ ਮਾਨ ਚੁੱਕੂ, ਇਹ ਟੋੜੇ ਹੁਣੀ ਚੁੱਕਣਗੇ ਜਿਹੜੇ ਮਰ ਮੁਰ ਗਏ ਨੇ, ਤਲਵੰਡੀ ਹੁਣੀ ਢੀਂਸੇ ਹੁਣੇ ਆ ਜਿਹੜੇ ਨਵੇਂ ਤੁਰੇ ਫਿਰਦੇ, ਚੁੱਕ ਲੈਣਗੇ ਕਿਸੇ ਗਰੀਬ ਦੀ ਪੰਡ, ਚੁੱਕ ਕੇ ਰੱਖ ਦੇਣਗੇ ਕਿਸੇ ਬਚਾਏ ਨਾਈ ਦੇ ਘਰ ਵਿੱਚ ਲੋੜਵੰਦ ਦੇ, ਵੀ ਲਓ ਜੀ ਮੈਂ ਰਾਸ਼ਨ ਚੁੱਕ ਲਿਆ ਤੇ ਉਹਦੇ ਘਰ ਰੱਖੋ ਨਾ, ਇਹਨਾਂ ਤੇ ਰਾਸ਼ਨ ਵੰਡਿਆ ਸਰਕਾਰ ਦਾ ਤੇ ਉੱਤੇ ਆਪਣੀਆਂ ਫੋਟੋ ਲਾ ਤੀਆਂ। ਸਰਕਾਰ ਆ ਐਸੀ ਸੋਚ ਨੂੰ, ਸਿੱਖੀ ਦੀ ਸੋਚ ਇਹ ਆ ਵੀ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸ, ਗਰੀਬੀ ਆਊਗੀ, ਗਰੀਬੀ ਕਦੇ ਨਾ ਆਉਣੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸਤਨਾਮ ਸ੍ਰੀ। ਗਰੀਬੀ ਕਿਤਨਾ ਪੈਦਾ ਹੋਵੇ, ਗਰੀਬੀ ਹੋਣੀ ਮਨਹਾਲੀ, ਕਿਰਸਾਨੀ ਕਰਨੀ, ਸਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ ਤੇ ਆਦਾਂ ਸਾਂਭ ਕੇ ਰੱਖੀ ਹੋਣ। ਉੱਥੇ ਵੀ ਰੱਖ ਗਰੀਬੀ ਵੇਸ, ਮੈਂ ਨੀ ਰੱਖਣਾ, ਨਹੀਂ ਪਤਾ ਲੱਗਦਾ ਰਾਜ ਪਤਾ ਲੱਗਾ। ਰੱਖ ਜਿਨ੍ਹਾਂ ਤੋਂ ਇਹ ਜਿਹਨਾਂ ਜਦੋਂ ਆਹ ਕਰ ਲੈਂਗੇ ਨਾ, ਮਨਹਾਲੀ, ਕਿਰਸਾਨੀ ਕਰਨੀ, ਸਰਮ ਪਾਣੀ, ਤਨ ਖੇਤ ਤੇ ਨਾਮ ਬੀਜ ਲੇਗਾ, ਸੰਤੋਖ ਦਾ ਸੁਹਾਗਾ ਰੱਖ ਦੇਗਾ। ਇਹ ਸਾਰੀ ਕਿਰਿਆ ਏ ਜਦੋਂ ਅਸੀਂ ਫਸਲ ਬੀਜਦੇ ਹਾਂ, ਤੇ ਫਿਰ ਕਹਿੰਦਾ ਤੂੰ ਬੀਜੀ ਹੈ ਨਾ, ਲੈ ਬੋਲ ਤੇਰੇ ਘਰ ਰੱਖਤੇ। ਗਰੀਬੀ ਇਹਦੇ ਵਿੱਚੋਂ ਪੈਦਾ ਹੋਣੀ। ਅਸੀਂ ਸੋਚਦੇ ਹਾਂ ਵੀ ਤੂੰ ਗਰੀਬੀ ਰੱਖ, ਅਸੀਂ ਇਹਦਾ ਇਹ ਅਰਥ ਕਰਦੇ ਵੀ ਤੂੰ ਗਰੀਬੀ ਰੱਖ, ਨਹੀਂ ਗੁਰੂ ਸਾਹਿਬ ਜੀ ਕਹਿੰਦੇ ਤੂੰ ਨਾਮ ਬੀਜ ਕੇ, ਸ਼ਰਮ ਦਾ ਪਾਣੀ ਮਿਹਨਤ ਦਾ ਪਾ ਕੇ, ਸੰਤੋਖ ਦਾ ਸੁਹਾਗਾ ਮਾਰ ਕੇ ਇੰਤਜ਼ਾਰ ਕਰ, ਤੇਰੇ ਘਰ ਢੇਰ, ਜਿਸ ਤਰ੍ਹਾਂ ਇੱਕ ਕਿਸਾਨ ਦੇ ਘਰ ਕਣਕ ਦੇ ਢੇਰ ਲੱਗ ਜਾਂਦੇ ਨੇ, ਤੇਰੀ ਜ਼ਿੰਦਗੀ ਦੇ ਵਿੱਚ ਗਰੀਬੀ ਦੇ ਢੇਰ ਆਪੇ ਹੀ ਲੱਗ ਜਾਣੇ। ਤੇ ਗਰੀਬੀ ਆ ਗਈ ਤੇ ਰਾਜ ਕਰਨ ਦਾ ਮਜ਼ਾ ਆਊਗਾ। ਮੈਂ ਸਰਦਾਰ ਮੋਹਨ ਸਿੰਘ ਤੁਹਾਨੂੰ ਵੇਖਿਆ, ਲੀਡਰ ਸੀ ਉਹ, ਨਿਤਨੇਮੀ ਗੁਰੂ ਘਰ, ਕਰਦਾਰ ਵਾਲਾ ਨੇਤਾ। ਮੈਂ ਵੇਖਿਆ ਜਦੋਂ MP ਸੀ ਨਾ, ਤੇ ਬਹੁਤਾ ਪੜ੍ਹਿਆ ਨਹੀਂ ਸੀ, ਤੇ ਉਹਨੇ ਜਿਹੜੀ ਕੁਰਸੀ ਤੇ ਬਹਿੰਦਾ ਉਹਨੂੰ ਨੰਬਰ ਨਹੀਂ ਸੀ ਦਿੱਤੇ, ਤੇ ਉਹਨੇ ਸ੍ਰੀ ਸਾਹਿਬ ਕੱਢ ਕੇ ਨਾ ਤੇ ਉਹਨੂੰ ਐ ਛਿੱਲ ਲਿਆ ਨਿਸ਼ਾਨੀ ਲਾਉਣ ਨੂੰ, ਤੇ ਉੱਥੋਂ ਉੱਠਣਾ ਤੇ ਉੱਥੋਂ ਕੰਟੀਨ ਝੁੱਲਣ 'ਚ ਨਹੀਂ ਸੀ ਕਰਦਾ, ਰਕਾਬਗੰਜ ਗੁਰਦੁਆਰਾ ਤੁਰ ਕੇ ਆ ਜਾਈਦਾ ਉੱਥੋਂ ਬੂਹਾ ਖੁੱਲਣ ਦਾ ਇੱਧਰ ਨੂੰ ਰਕਾਬਗੰਜ ਸਾਹਿਬ ਵੱਲ ਨੂੰ, ਤੇ ਆਣ ਕੇ ਤੇ ਉਹਨੇ ਉੱਥੋਂ ਹੀ ਲੰਗਰ ਛਕਣੇ ਦੋ ਪ੍ਰਸ਼ਾਦੇ ਦਾਲਣਾ, ਤੇ ਜਿੰਨਾ ਚਿਰ ਉਹਨਾਂ ਦਾ ਲੰਚ ਹੁੰਦਾ ਸੀ ਉਹਨੂੰ ਉੱਥੇ ਹੀ ਮੈਂ ਬੈਠੇ ਨੂੰ ਸੁੱਤੇ ਨੂੰ ਮੰਜੇ ਤੇ ਸੇਵਾਦਾਰਾਂ ਦੇ ਤੇ ਵੇਖਿਆ। ਇਹ ਆ ਗਰੀਬੀ ਪੰਥ ਦੀ ਗੱਲ। ਦਿੱਲੀ ਦੇ ਵਿੱਚ ਫਿਰ ਜ਼ੋਰ ਕਿੰਨਾ ਸੀ, ਦਿੱਲੀ ਦੇ ਵਿੱਚ ਨਿਰੰਕਾਰੀ ਕਾਂਡ ਹੋ ਗਿਆ, ਸੁਣਿਓ ਧਿਆਨ ਇਤਿਹਾਸ ਆ, ਦਾਸ ਨੇ ਜਿਹੜਾ ਅੱਖੀ ਵੇਖਿਆ, ਤੇ ਉੱਥੇ ਕਰਫਿਊ ਲਾਤਾ, ਨਾਲੇ ਗੋਲੀ ਚੱਲ ਪਈ, ਨਾਲੇ ਚਾਰ ਇਹੋ ਜਿਹੇ ਪਚੰਗੀ ਮਾਰਤੇ ਬੰਗਲਾ ਸਾਹਿਬ, ਕਰਫਿਊ ਲਾਤਾ, ਤੇ ਕਿਸੇ ਨੂੰ ਅੱਗੇ ਪਿੱਛੇ ਨਾ ਜਾਣ ਦੇਣ। ਬੀਬੀ ਰਜਿੰਦਰ ਕੌਰ ਮਾਸਟਰ 1700 ਦੀ ਲੜਕੀ, ਬੰਗਲਾ ਸਾਹਿਬ ਗੁਰਦੁਆਰੇ ਉਦਣ ਸੀ, ਇਹਨੇ ਫੋਨ ਕੀਤਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ, ਇਹ ਸਰਦਾਰ ਮੋਹਨ ਸਿੰਘ, ਵੀ ਸਰਦਾਰ ਜੀ ਪਿਤਾ ਜੀ ਸਾਡੀ ਆਹ ਹਾਲਤ ਹੋ ਗਈ ਆ, ਨਾਲੇ ਚਾਰ ਬੰਦੇ ਮਾਰਦੇ ਆ, ਨਾਲੇ ਕਰਫਿਊ ਲਾਤਾ, ਕਿਸੇ ਨੂੰ ਗੁਰਦੁਆਰੇ ਨਹੀਂ ਆਉਣ ਦਿੰਦੇ। ਮੋਹਨ ਸਿੰਘ ਤੋੜਨ ਨੇ ਦਿੱਲੀ ਸਟੇਸ਼ਨ ਤੋਂ ਆਣ ਕੇ ਗਵਰਨਰ ਨੂੰ ਫੋਨ ਕੀਤਾ ਵੀ ਮੇਰੇ ਬੰਗਲਾ ਸਾਹਿਬ ਜਾਣ ਤੱਕ ਕਰਫਿਊ ਚੁਕਾਓ, ਅਗਲਾ ਨਹੀਂ ਤਾਂ ਫਿਰ ਸਾਡਾ ਸਟੈਂਡ ਹੋ, ਮੈਂ ਕੋਲ ਗਵਾਂ ਵੀ ਉਹਦੇ ਬੰਗਲਾ ਸਾਹਿਬ ਆਉਂਦਿਆਂ ਤੱਕ ਕਰਫਿਊ ਚੁੱਕਦਾ। ਇਹ ਬੋਲ ਆ, ਇਹ ਉਹਨਾਂ ਲੋਕਾਂ ਦੇ ਬੋਲ ਆ ਜਿਹਨਾਂ ਦੇ ਅੱਖ ਗਰੀਬੀ ਵੇਸ, ਸਾਡੇ ਮੰਨੇ ਕੌਣ, ਸਾਡੀਆਂ ਕਮਜ਼ੋਰੀਆਂ ਦਾ ਪਤਾ ਹੈ, ਸਾਡੀਆਂ ਵੀਕਨੈਸਾਂ ਦਾ ਸਰਕਾਰਾਂ ਨੂੰ ਪਤਾ, ਸਾਡਾ ਬੋਲ ਕੌਣ ਬੋਲੇ, ਇਹ ਸਾਰੀ ਦੀ ਸਾਰੀ ਜਿਹੜੀ ਸਾਡੇ ਅੰਦਰ ਐਨਰਜੀ ਆਉਣੀ ਹੈ ਨਾਮ ਨਾਲ ਆਉਣੀ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੇ, ਤੇ ਲੀਲੋ ਲੀਲ ਰਹਿਣਾ ਹੈ,
ਜਰਾ ਕਿਤਨਾ ਕੋ ਢੱਕ ਦੂ, ਕੌਣ ਹੈ ਜਿਹੜਾ ਤੁਹਾਡੇ ਕੱਪੜਾ ਦੇ ਦੂ, ਤੁਸੀਂ ਨਾਮ ਵੀ ਨਾ ਜਪੋ। ਜੇ ਗੁਰੂ ਨਹੀਂ ਪੜਦੇ ਨਾਮ ਤੋਂ ਬਿਨਾਂ ਢੱਕਦਾ, ਦੁਨੀਆਂ ਕਿਤਨਾ ਤੁਹਾਡੇ ਢੱਕ ਦੂ। ਗੁਰੂ ਵੀ ਕਹਿੰਦਾ ਹੈ ਸਤਿਗੁਰੂ ਢੱਕ ਲਿਆ ਮੋਹੇ ਪਾਪੀ ਪੜਦਾ, ਸਤਿਗੁਰੂ ਢੱਕਦਾ ਹੈ ਨਾ, ਸਤਿਗੁਰ ਸੇਵਕਾ ਪੜਦਾ ਢੱਕੇ, ਆਪਣੇ ਸੇਵਕ ਹੀ ਸਰ ਪਰ ਆਕੇ ਆਪਣੇ ਸੇਵਕਾ ਪੜਦਾ ਢੱਕੇ, ਆਪਣੇ ਸੇਵਕ ਦੇ ਪੜਦੇ ਗੁਰੂ ਢੱਕਦਾ। ਤੇ ਗੁਰੂ ਸਾਡੇ ਨਾਲ ਖੁਸ਼ ਹੋ ਜੂ ਵੀ ਤੁਸੀਂ ਯਾਰ 24 ਘੰਟੇ ਕੰਮ 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 ਕੰਮ, ਤੁਹਾਡੇ ਕੋਲ ਗੁਰੂ ਦੇ ਲਈ ਤੇ ਕੰਮ ਹੀ ਨੀ, ਟਾਈਮ ਹੀ ਨਹੀਂ ਹੈਗਾ, ਸਮਾਂ ਹੀ ਨਹੀਂ ਹੈਗਾ। ਹੱਥ ਜੋੜ ਕੇ ਬੇਨਤੀ ਹੈ, ਜਿੰਨੇ ਤੁਸੀਂ ਸੁਣ ਰਹੇ ਹੋ ਤੁਸੀਂ ਤਾਂ ਪ੍ਰਪੇਅਰ ਹੋ ਵੀ ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦੇ ਉਸ ਬਾਗ ਦਾ ਉਹ ਬੂਟਾ ਬਣਨਾ ਹੈ ਜਿਹਨੂੰ ਕੋਈ ਉਜੜਿਆ ਨਾ ਆਖੇ। ਕੁਛ ਨਾ ਕਰੋ, ਕੁਛ ਨਾ ਕਰੋ, ਕੋਈ ਤੇਗਾ ਨਾ ਚੁੱਕੋ, ਕੋਈ ਬੰਦੂਕਾ ਨਾ ਚੁੱਕੋ। ਜਿੱਦਣ ਤੁਹਾਡੇ ਕੋਲ ਛਾਂ ਆਉਣੀ ਸ਼ੁਰੂ ਹੋ ਗਈ ਤੇ ਰੂਹਾਂ ਤੁਹਾਡੇ ਨਾਲ ਜੁੜਨੀਆਂ, ਉਦਣ ਆਪੇ ਹੀ ਸ਼ੁਰੂ ਹੋ ਜਾਣੀਆਂ, ਨਹੀਂ ਪਤਾ ਲੱਗਾ। ਜਿੱਦਣ ਕਿਸੇ ਦਰਖਤ ਦੀ ਛਾਂ ਬਣਦੀ ਤੇ ਪੰਛੀ ਆਪੇ ਹੀ ਆਉਂਦੇ ਤੇ ਸੱਦ ਕੇ ਲਿਆਉਣੇ ਪੈਂਦੇ। ਤੁਹਾਨੂੰ ਦੁਨੀਆਂ ਨੂੰ ਸੱਦਣਾ ਨਹੀਂ ਪੈਣਾ, ਹਰ ਚੰਗਾ ਮੁਸਲਮਾਨ ਤੁਹਾਡੀ ਹਮਾਇਤ ਕਰੂ, ਹਰ ਚੰਗਾ ਹਿੰਦੂ ਤੁਹਾਡੀ ਹਮਾਇਤ ਕਰੂ, ਹਰ ਚੰਗਾ ਈਸਾਈ ਤੁਹਾਡੀ ਹਮਾਇਤ ਕਰੂਗਾ। ਅਜੇ ਤੁਹਾਡੀ ਵੀ ਤੇ ਟਿੰਡ ਮੁੰਡੋ ਨਾ ਸਰਦਾਰ ਜੀ, ਤੁਹਾਡੇ ਕੋਲ ਅਵੇ ਕੌਣ, ਤੁਹਾਡੇ ਕੋਲ ਨਿੱਘ ਕੀ ਆ, ਤੁਹਾਡੇ ਕੋਲ ਉਹ ਠੰਡਾਪਨ ਕੀ ਹੈ ਜਿਹਦੇ ਕਰਕੇ ਲੋਕ ਆਣ ਕੇ ਬਹਿਣ। ਗੁਰੂ ਕਿਰਪਾ ਕਰੇ, ਅੱਜ ਦੇ ਬਚਨ ਦੀ ਵਿਚਾਰ ਕਰੀਏ, ਕੱਲ੍ਹ ਫਿਰ ਵਿਚਾਰ ਕਰਾਂਗੇ। ਅਜੋਬਾ ਹੈ ਬਾਬਾ, ਬਾਬੇ ਤੋਂ ਬਣਿਆ ਵਾਸਦੇਵ। ਹੁਣ ਕ੍ਰਿਸ਼ਨ ਜੀ ਦੇ ਪਿਤਾ ਦਾ ਨਾਂ ਕੀ ਹੈ? ਇਹਨੇ ਉਹਨੇ ਜੋੜਦਾ ਹੈ। ਇੱਕ ਭਾਈ ਗੁਰਦਾਸ ਨੇ ਲਿਖਿਆ, ਬਾਬਾ ਵਾਸਦੇਵ ਹਾਹਾ ਹਰਜੀ ਗੱਗਾ ਗੁਰੂ ਤੇਰਾ ਰਾਮ। ਸਾਡੇ ਰਾਗੀਆਂ ਨੇ ਦੀ ਵਿਆਖਿਆ ਕੀਤੀ ਵਾਸਦੇਵ, ਉਸ ਦੀ ਵਾਸਦੇਵ ਦਾ ਮਤਲਬ ਵਾਸਾ ਕਰਨ ਵਾਲਾ, ਪਤਾ ਲੱਗਾ ਜਿਹੜਾ ਘੱਟ ਘੱਟ ਵਿੱਚ ਵਾਸਾ ਕਰਦਾ, ਉਹਦਾ ਅਰਥ ਇਹ ਹੈ। ਮਗਰ ਸਾਡੇ ਰਾਗੀ ਇੱਥੇ ਆਇਆ ਤੁਹਾਡੇ ਦਸ਼ਮੇਸ਼ ਦਰਬਾਰ, ਲੋਕਾਂ ਨੇ ਘਰ ਖੜ ਕਰਕੇ ਟੈਚੀਆਂ ਭਰ ਭਰ ਕੇ ਨੋਟਾਂ ਦੀਆਂ ਦੇ ਦਿੱਤੀਆਂ, ਵੇਖੋ ਜੀ ਸਹਿਜਧਾਰੀ ਤੋਂ ਸਿੱਖ ਸੱਜੇ ਹੈ, ਵਿਆਖਿਆ ਕੀ ਕਰ ਗਿਆ ਤੁਹਾਡੇ? ਬਾਬਾ ਵਾਸਦੇਵ ਹਾ ਹਾ ਜੀ ਗੱਗਾ ਗੁਰੂ ਤੇਰਾ ਰਾਮ, ਚੌਹਾਂ ਯੁਗਾਂ ਦੇ ਅਵਤਾਰਾਂ ਨਾਲ ਮਿਲਾ ਗਿਆ, ਪਤਾ ਲੱਗ ਗਿਆ। ਵਾਹਿਗੁਰੂ ਦੇ ਅਰਥੋਂ ਇਹ ਕਰ ਗਿਆ ਵੀ ਵਾਸਦੇਵ ਜੀ ਕ੍ਰਿਸ਼ਨ ਦੇ ਪਿਤਾ ਜੀ ਨੂੰ ਕਿਹਾ, ਚਾਰ ਯੁਗਾਂ ਦਾ ਫਲ ਮਿਲਦਾ ਹੈ। ਮੇਰੇ ਸਤਿਗੁਰ ਪਾਤਸ਼ਾਹ ਜੀ ਅੱਜ ਕਹਿੰਦੇ ਵੀ ਬੱਬੇ ਤੋਂ ਵਾਸਦੇਵ ਅੱਖਰ ਆਉਂਦਾ ਹੈ, ਬੱਬੇ ਵਾਸਦੇਵ ਪਰਮੇਸ਼ਰ, ਆਪੇ ਸਪਸ਼ਟ ਹੋ ਗਿਆ। ਵਾਸਦੇਵ ਕੌਣ ਹੈ? ਪਰਮੇਸ਼ਰ। ਵੇਖਣ ਕੋ ਜਿਨ ਵੇਸ ਕੀ ਆ, ਇਹ ਤਮਾਸ਼ਾ ਸਾਰਾ ਵੇਖਣ ਨੂੰ ਨਾ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਇਹ ਉਹਨੇ ਆਪ ਬਣਾਇਆ ਵਾਸਦੇਵ ਵਾਹਿਗੁਰੂ ਪਰਮੇਸ਼ਰ ਨੇ। ਕੀ ਆ ਖੇਲ, ਵੱਡ ਮੇਲ ਤਮਾਸ਼ਾ, ਵੇਖੋ ਕਿੱਡਾ ਸੋਹਣਾ ਬਚਨ ਹੈ। ਕੀ ਆ ਖੇਲ, ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਇਹ ਤਮਾਸ਼ਾ ਇੱਕ ਬਣਾਇਆ। ਪਿਤਾ ਜੀ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਜਗਤ ਤਮਾਸ਼ਾ, ਇਹ ਜਗਤ ਵੀ ਇੱਕ ਤਮਾਸ਼ਾ ਹੈ। ਸਾਹਿਬ ਜੀ ਕਹਿੰਦੇ ਵੀ ਬਾਬਾ ਕਹਿੰਦਾ ਹੈ ਵੀ ਵਾਸਦੇਵ ਕਰਨ ਵਾਲੇ ਪਰਮੇਸ਼ੁਰ ਨੇ ਇਹ ਤਮਾਸ਼ਾ ਵੇਖਣ ਨੂੰ ਇੱਕ ਖੇਲ ਬਣਾਇਆ। ਆ ਜਗਤ ਹੈ ਜਿਹੜਾ, ਇਹਦੇ ਵਿੱਚ ਵੇਖਿਆ, ਵੇਖਦਾ ਹੈ, ਚੱਖ ਹੈ, ਸਾਰਿਆਂ ਦੇ ਅੰਦਰ ਦੀ ਅਵਸਥਾ ਨੂੰ ਚੱਖਦਾ ਚੰਗੀ ਤਰ੍ਹਾਂ, ਸਭ ਕੁਛ ਜਾਣੇ, ਸਾਰਿਆਂ ਦੇ ਅੰਦਰ ਦੀਆਂ ਜਾਣਦਾ ਹੈ। ਅੰਤਰ ਬਾਹਰ ਰਵ ਰਿਹਾ, ਅੰਦਰ ਬਾਹਰ ਉਹ ਜੀਵਾਤਮਾ ਦੇ ਅੰਦਰ ਵੀ ਆ, ਤੇ ਜਿਹੜੇ ਅੰਦਰ ਲੱਭਣ ਤੁਰੇ ਉਹਨਾਂ ਬਾਹਰ ਛੱਡਤਾ,
ਜਿਹੜੇ ਬਾਹਰ ਤੁਰੇ ਉਹਨਾਂ ਅੰਦਰ ਛੱਡਤਾ। ਖਾਲੀ ਬਾਣੀ ਪੁਕਾਰ ਪੁਕਾਰ ਕਹਿੰਦੀ ਰਹੀ, ਅੰਤਰ ਬਸੇ ਬਾਹਰ ਵੀ ਹੋਈ। ਜਿਹਨਾਂ ਨੇ ਅੰਦਰ ਨੂੰ ਇਸ ਤਰ੍ਹਾਂ ਕਰ ਲਿਆ ਉਹਨੇ ਨੇਤਰ ਨਹੀਂ ਚੁੱਕੇ, ਸ਼ਸਤਰ ਛੱਡਤੇ ਅਸੀਂ ਤੇ ਅੰਦਰੋਂ ਲੱਭ ਰਹੇ ਹਾਂ ਜੀ। ਜਿਹਨੇ ਬਾਹਰੋਂ ਲੱਭਣਾ ਸ਼ੁਰੂ ਕੀਤਾ ਉਹਨੇ ਅੰਦਰ ਦੀ ਕਿਰਿਆ ਸਾਰੀ ਦੀ ਸਾਰੀ ਬੰਦ ਕਰਤੀ, ਵੀ ਅੰਦਰ ਵੀ ਕੁਛ ਹੈਗਾ। ਸਾਹਿਬ ਕਹਿੰਦੇ ਅੰਤਰ ਬਾਹਰ ਲੱਭ ਰਿਹਾ। ਅੱਗੇ ਪਾਤਸ਼ਾਹ ਜੀ ਕਹਿੰਦੇ ਅੜਾੜਾ ਆਇਆ, ਅੜਾੜਾ ਅੜਾੜਾ ਹੈ। ਅੜਾੜਾ ਕਹਿੰਦਾ ਰਾੜ ਕਰੇ ਕਿਆ ਪ੍ਰਾਣੀ, ਰਾੜ ਹੁੰਦਾ ਝਗੜੇ ਕਰਨਾ, ਰਾੜ ਅੜਾੜ ਅੜਾੜੇ ਨਾਲ ਲਾ ਲਓ, ਰਾਰੇ ਨਾਲ ਵੀ ਬਣਾਇਆ ਜਾਂਦਾ, ਰਾੜ ਵੀ ਆਉਂਦਾ। ਅੜਾੜੇ ਰਾੜ ਕਰੇ ਕਿਆ ਪ੍ਰਾਣੀ, ਤਿਸੇ ਤੇ ਆਵੋ ਜੇ ਅਮਰ ਹੋਵਾ। ਤੁਸੀਂ ਨਿੱਕੇ ਨਿੱਕੇ ਝਗੜਿਆਂ 'ਚ ਨਾ ਪਾਓ ਵੀ ਤੁਹਾਡਾ ਮਾੜਾ ਬਾਬਾ ਹੈ, ਸਾਡਾ ਚੰਗਾ ਬਾਬਾ ਹੈ, ਸਾਡਾ ਗੁਰੂ ਚੰਗਾ ਹੈ, ਤੁਹਾਡਾ ਗੁਰੂ ਚੰਗਾ ਹੈ। ਇਸ ਤਰ੍ਹਾਂ ਨਾ ਕਰੋ, ਉਹਨੂੰ ਤੇ ਆਓ ਜਿਹੜਾ ਸਦਾ ਰਹਿਣ ਵਾਲਾ ਅਮਰ ਵਾਹਿਗੁਰੂ ਪਰਮੇਸ਼ਵਰ ਆ, ਦੁਕਾਲਨ ਪ੍ਰਣਾਸੀ ਦਿਆਲਨ ਸਰੂਪੇ, ਸਦਾ ਅੰਗ ਸੰਗੇ ਭੰਗੰ ਵਿਭੂਤੇ, ਜਿਹੜਾ ਸੰਦੀਪ ਕਾਲ ਰਹਿਣ ਵਾਲਾ ਵਾਹਿਗੁਰੂ ਆ, ਉਹਦਾ ਸਿਮਰਨ ਕਰੋ। ਤਿਸੇ ਤੇ ਆਵੋ, ਵੇਖੋ ਬੜਾ ਸੋਹਣਾ ਬਚਨ ਜੀ, ਤਿਸੇ ਤੇ ਆਵੋ ਜੇ ਅਮਰ ਹੋਆ, ਜਿਹੜਾ ਅਮਰ ਵਾਹਿਗੁਰੂ ਪਰਮੇਸ਼ਵਰ ਆ ਉਹਨੂੰ ਤੇ ਆਓ। ਉਹਨੂੰ ਕੀ ਧਿਆਉਣਾ ਜਿਹੜਾ ਅੱਜ ਆਇਆ, ਕੱਲ ਵੀ ਝਗੜਾ ਜਿਹੜਾ ਪਿਆ ਹੈ ਰਾਮ ਚੰਦਰ ਦਾ, ਤੇ ਉੱਥੇ ਲਿਖਿਆ ਰਾਮ ਗਏ, ਉਹਨੂੰ ਕੀ ਧਿਆਉਣਾ, ਉਹ ਤੇ ਤੁਰ ਹੀ ਗਿਆ। ਜੇ ਇੱਕ ਹੰਕਾਰੀ ਗਿਆ ਤੇ ਇੱਕ ਚੰਗਾ ਜਿਹਨੂੰ ਨਾਇਕ ਕਰਕੇ ਪੇਸ਼ ਕਰਦੇ ਉਹ ਵੀ ਗਿਆ ਪਿਕਚਰ ਦੇ ਵਿੱਚੋਂ, ਜਦੋਂ ਪਿਕਚਰ ਬੰਦ ਹੁੰਦੀ ਹੈ ਨਾ, ਤੇ ਉਹਦੇ ਵਿੱਚੋਂ ਨਾਇਕ ਵੀ ਗਾਇਬ ਹੁੰਦਾ ਹੈ ਤੇ ਖਲਨਾਇਕ ਵੀ ਗਾਇਬ ਹੁੰਦਾ। ਇੱਥੇ ਵੀ ਰਾਵਣ ਵੀ ਗਿਆ, ਨਾਲ ਹੀ ਲਿਖਿਆ ਰਾਮ ਗਏ ਹੋ ਰਾਵਣ ਗਏ। ਇਹ ਹੁਣ ਅਰਥ ਸਾਡੇ ਕੋਲ ਇਹ ਕਰਾਉਣ ਡਿਆ ਵੀ ਰਾਵਣ ਦੇ ਅੰਦਰੋਂ ਰਾਮ ਗਿਆ ਤਾਂ ਮਰਿਆ, ਨਹੀਂ ਪਤਾ ਸਾਡੇ ਗ੍ਰੰਥੀ ਗ੍ਰੰਥੀ ਰਾਗੀ ਢਾਡੀ ਮੇਰੇ ਵਰਗੇ ਹੁਣ ਇਹ ਅਰਥ ਕਰਦੇ ਆ, ਕਿਉਂਕਿ ਉੱਥੋਂ ਹੰਟਰ ਆ ਵੀ ਅਗਲੀ ਵਾਰ ਫਲਾਈ ਕਰਨਾ ਹੀ ਕਿ ਨਹੀਂ। ਤੁਸੀਂ ਆਹ ਪ੍ਰਚਾਰ ਕਰਨਾ ਹੈ ਵੀ ਰਾਮ ਨਹੀਂ ਗਿਆ, ਭਾਈ ਜੀ ਗਿਆ ਹੈ, ਜੇ ਨਹੀਂ ਗਿਆ ਤੇ ਦਿਖਾਓ ਕਿੱਥੇ ਆ, ਪਤਾ ਲੱਗਾ। ਜੇ ਉਹਦਾ ਪੁਲ ਇੱਥੇ ਆ, ਜੇ ਉਹਦੀ ਅਯੁੱਧਿਆ ਇੱਥੇ ਆ, ਜੇ ਉਹ ਲੰਕਾ ਤੇ ਚੜ੍ਹ ਕੇ ਗਿਆ ਉਹ ਸਾਰਾ ਸਿਸਟਮ ਇੱਥੇ ਆ, ਤੇ ਜਿਹੜਾ ਚੜ੍ਹ ਕੇ ਗਿਆ ਸੀ ਉਹ ਕਿੱਥੇ ਆ, ਪਤਾ ਲੱਗਾ। ਇੱਥੇ ਕਹਿੰਦੇ ਉਹਨੂੰ ਜਪ ਜਿਹੜਾ ਅਮਰ ਆ ਵਾਹਿਗੁਰੂ ਪਰਮੇਸ਼ਰ, ਜਿਹਨੇ ਕਦੀ ਨਾ ਆਉਣਾ ਹੈ ਨਾ ਜਾਣਾ ਹੈ। ਤਿਸੇ ਤੇ ਆਓ ਜੇ ਅਮਰ, ਤਿਸੇ ਤੇ ਆਵੋ ਜੇ ਅਮਰ ਹੋਆ, ਤਿਸੇ ਤੇ ਆਵੋ ਜੇ ਉਹਨੂੰ ਧਿਆਓਗੇ ਸੱਚ ਸਮਾਵੋ। ਸੱਚ ਵਿੱਚ ਜਿਹੜੀ ਚੀਜ਼ ਵਿੱਚ ਛਾਲ ਮਾਰੀਏ ਡੁੱਬੀ ਦਾ ਵੀ ਉਹਦੇ 'ਚ ਹੀ ਹੈ, ਅਤੇ ਤੁਸੀਂ ਤਾਂ ਭਾਈ ਜੀ ਛਾਲ ਹੀ ਝੂਠ ਮਾਰ ਰਹੇ ਹੋ। ਇੱਕ ਬੰਦਾ ਹੈ ਕੂੜ ਕਾਇਆ, ਕੂੜ ਨਹੀਂ ਨਹੀਂ ਕਾਇਆ ਕੋ ਮਿਥਿਆ ਤਨ, ਧਨ ਕੁਟੰਬ, ਜਾਂ ਕੁਟੰਬ 'ਚ ਡੁੱਬ ਗਿਆ ਧੀਆਂ ਪੁੱਤਾਂ 'ਚ, ਜਾਂ ਧਨ 'ਚ ਡੁੱਬ ਗਿਆ, ਜਾਂ ਧਨ 'ਚ ਡੁੱਬ ਗਿਆ, ਅਮਰ ਕਿਸ ਤਰ੍ਹਾਂ ਹੋ ਜਾਊਗਾ ਵੀ, ਨਹੀਂ ਪਤਾ। ਮਿਥਿਆ ਤਨ ਪਹਿਲੋਂ ਸਰੀਰ, ਸਰੀਰ 'ਚ ਡੁੱਬਿਆ, ਧਨ ਪੈਸਾ ਇਹਦੇ 'ਚ ਡੁੱਬਿਆ, ਅਤੇ ਕੁਟੰਬ ਸਵਾਇਆ ਸਾਰਾ ਕੁਟੰਬ ਸਾਰਾ ਪਰਿਵਾਰ, ਅਤੇ ਡੁੱਬਿਆ ਤਾਂ ਝੂਠ 'ਚ ਆ। ਮਹਾਰਾਜ ਪਾਤਸ਼ਾਹ ਕਹਿੰਦੇ ਤਿਸੇ ਤੇ ਆਵੋ ਸੱਚ ਸਮਾਵੋ, ਸੱਚ ਵਿੱਚ ਛਾਲ ਮਾਰੋਗੇ ਤਾਂ ਡੁੱਬੋ ਕਰਦੇ, ਫਰੇਜਰ ਵਿੱਚ ਜਿਹਨੇ ਛਾਲ ਮਾਰੀ ਫਰੇਜਰ 'ਚ ਡੁੱਬਣਾ ਹੈ, ਉਹਨੂੰ ਇਹ ਥੋੜ੍ਹਾ ਕਹਿਣਗੇ ਵੀ ਪਹਾੜ 'ਤੇ ਡੁੱਬ ਗਿਆ। ਜਿਹੜਾ ਜਿਹੜੀ ਚੀਜ਼ ਵਿੱਚ ਜਿਹੜਾ ਸੱਚ ਵਿੱਚ ਛਾਲ ਮਾਰੂਗਾ ਡੁੱਬੂਗਾ ਵੀ ਸੱਚ ਦੇ ਵਿੱਚ, ਅਤੇ ਮਹਾਰਾਜ ਪਾਤਸ਼ਾਹ ਕਹਿੰਦੇ ਤਿਸੇ ਤੇ ਆਵੋ ਸੱਚ ਸਮਾਵੋ, ਉਸ ਵਿੱਚੋਂ ਕੁਰਬਾਨ ਕੀ ਆ, ਆਪਣੇ ਆਪ ਨੂੰ ਉਹਦੇ ਤੋਂ
ਕੁਰਬਾਨ ਕਰ ਦਿਓ, ਉਹਦੇ ਤੋਂ ਕੁਰਬਾਨ ਸਦਕੇ ਕਰ ਦਿੱਤੋ। ਹਾਹਾ ਅੱਗੇ ਆਇਆ, ਹਾਹੇ ਵਿੱਚ ਸਾਹਿਬ ਜੀ ਕਹਿੰਦੇ ਤੂੰ ਇੱਕ ਗੱਲ ਨੋਟ ਕਰੀ ਗੁਰੂ ਕਿਆ ਸਿੱਖਾ, ਹਾਹੇ ਹੋਰ ਨਾ ਕੋਈ ਦਾਤਾ। ਕਿਆ ਬਾਤ ਹੈ, ਹਾਹੇ ਇੰਨੀ ਫੜ ਲਓ ਅੱਜ ਦੀ ਕਥੇ ਚੋਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਤਾ ਜੀ ਸ਼ਬਦ ਗੁਰੂ ਤੋਂ ਬਿਨਾਂ ਮੰਗਤੇ ਨੇ ਇੱਕ ਦਾਤਾ ਸਭ ਜਗਤ ਭਿਖਾਰੀਆ, ਪੜਦਾ ਵੀ ਆ ਪੜਦਾ ਵੀ ਹੈ, ਤੇ ਜਿਹਦੇ ਘਰ ਮੋਟੀਆਂ ਲੱਤਾਂ ਵਾਲਾ ਸਾਧ ਆਇਆ ਹੁੰਦਾ ਉਹਨੂੰ ਜਾ ਕੇ ਕਹਿੰਦਾ ਬਾਬਾ ਜੀ ਪੁੱਤਰ ਦੀ ਦਾਤ ਬਖਸ਼ ਦਿਓ। ਸ਼ਰਮ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ ਇੱਕ ਪਾਸੇ ਤੇ ਸੁਣ ਕੇ ਆਇਆ ਗੁਰਦੁਆਰੇ ਇੱਕ ਦਾਤਾ ਸਭ ਜਗਤ ਭਿਖਾਰੀ ਆ, ਇੱਕ ਪਾਸੇ ਰੋਜ਼ ਸਵਈਆਂ ਵਿੱਚ ਪੈਂਦਾ ਜਾਚਕ ਅਨੇਕ ਸੋ ਇੱਕ ਦਵਈ ਆ। ਪਤਾ ਲੱਗਦਾ ਜਾਚਕ ਅਨੇਕ ਮੰਗਣ ਵਾਲੇ ਸੋ ਇੱਕ ਦਵਈ ਆ, ਇੱਕ ਪਾਸੇ ਪੜ੍ਹੀ ਵੀ ਜਾਂਦਾ ਹੈ ਫਿਰ ਤੇਰਾ ਪੜ੍ਹਿਆ ਕਿਸ ਕੰਮ। ਇੱਕ ਦਾਤਾ ਸਭ ਜਗਤ ਭਿਖਾਰੀ ਆ, ਉਹਦੇ ਕੋਲੋਂ ਮੰਗੋ। ਹਾ ਹੈ ਹੋਰ ਨਾ ਕੋਈ ਦਾਤਾ, ਇੱਕ ਗੱਲ ਪੱਕੀ ਕਰ ਲਓ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਤਾ ਜੀ ਸ਼ਬਦ ਗੁਰੂ ਤੋਂ ਬਿਨਾਂ ਇਸ ਸ੍ਰਿਸ਼ਟੀ ਵਿੱਚ ਕੋਈ ਦਾਤਾ ਨਹੀਂ। ਜਿਹਨੂੰ ਕਿਸੇ ਨੂੰ ਝੋਲੀ 'ਚ ਕੁਝ ਪਿਆ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੇ ਨਹੀਂ ਪਾਉਣਾ, ਨਾ ਕਿਸੇ ਕੋਲ ਹੈਗਾ ਹੈ। ਭਾਈ ਗੁਰਦਾਸ ਜੀ ਦਾ ਕਿੰਨਾ ਸੋਹਣਾ ਬਚਨ ਹੈ ਜਿੱਥੇ ਭਾਈ ਗੁਰਦਾਸ ਜੀ ਕਹਿੰਦੇ ਦਾਤਾ ਉਹ ਨਾ ਮੰਗੀਏ, ਉਸ ਦਾਤੇ ਕੋਲ ਨਾ ਝੋਲੀ ਕਦੀ ਅੱਡੀਏ। ਇੱਕ ਵਾਰ ਅੱਡੀ ਤੇ ਪੁੱਤ ਤੇ ਮਿਲ ਗਿਆ, ਪੁੱਤਰਾ ਨਹੀਂ ਮਿਲਿਆ। ਹੁਣ ਉਹ ਦਾਤਾ ਮਰ ਗਿਆ, ਪਹਿਲੇ ਵਾਲਾ ਪੁੱਤ ਵਾਲਾ ਮਰ ਗਿਆ ਦਾਤਾ, ਹੁਣ ਨਵਾਂ ਲੱਭੂ। ਪਤਾ ਲੱਗੇ ਜੀ ਕਾਰ ਲੈ ਲਈ, ਦੂਸਰੀ ਵਾਰ ਉਹਦੇ ਡੇਰੇ ਗਏ, ਉਹ ਕਹਿੰਦੇ ਉਹ ਬਾਬਾ ਤੇ ਮਰ ਗਿਆ, ਹੁਣ ਦੂਸਰੇ ਕੋਲ ਝੋਲੀ ਅੱਡੋਗੇ। ਦਾਤਾ ਉਹ ਨਾ ਮੰਗੀਏ, ਫਿਰ ਮੰਗਣ ਜਾਈਏ, ਫਿਰ ਮੰਗਣ ਜਾਈਏ। ਐਸੇ ਦਾਤੇ ਅੱਗੇ ਝੋਲੀ ਅੱਡ ਦਿਓ, ਇੱਕੇ ਵਾਰ ਐਸਾ ਨਿਹਾਲ ਕਰੇ। ਪਤਾ ਲੱਗ ਗਿਆ ਵੀ ਦੁਬਾਰਾ ਮੰਗ ਕਿਸੇ ਦੀ ਜ਼ਰੂਰਤ ਹੀ ਨਾ ਰਵੇ, ਕਿਸੇ ਕੋਲ ਮੰਗਣ ਦੀ ਜ਼ਰੂਰਤ ਹੀ ਨਾ। ਫਿਰ ਰੱਖਿਆ ਆ ਜਿੰਨੇ ਅਸੀਂ ਬਣਾਏ, ਹੋਸ਼ਾ ਸ਼ਾਹ ਨਾ ਕੀਜੀ। ਪਤਾ ਪੜਿਆ ਹੋਸ਼ਾ ਕੀਜੀ, ਹੋਸ਼ੇ ਸ਼ਾਹ ਨੂੰ ਕਰਕੇ ਆ ਸਾਰੀ ਦੁਨੀਆ ਪਛਤਾ ਰਹੀ ਜੇ। ਹੋਏ ਐਲਕਾ ਪੂਰਨਮਾਸ਼ੀ ਤੇ ਨਹੀਂ ਆਏ, ਵੇਖ ਲਓ ਮਹਾਂਪੁਰਸ਼ਾਂ ਦੀ ਨਿਗਾਹ ਤੁਹਾਡੇ ਤੋਂ ਚੁੱਕੀ ਗਈ ਤੇ ਰੁਲ ਜਾਓਗੇ। ਕਮਾਲ ਦੀ ਗੱਲ ਹੈ, ਇਹ ਡਰ ਦਿੰਦੇ ਨੇ। ਐਲਕਾ ਮਾਘ ਦਾ ਮਹੀਨਾ ਸਾਡੇ ਕੋਲ ਆਏ ਨਹੀਂ, ਤੁਸੀਂ ਮਾਘ ਦੇ ਮਹੀਨੇ ਤੁਹਾਨੂੰ ਕਿਹਾ ਸੀ ਧੂੜੀ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰਨਾ, ਮਾਘ ਮੰਜਨ ਸੰਗ ਸਾਧੂਆਂ, ਤੇ ਅਸੀਂ ਸਾਧੂਆਂ, ਤੁਸੀਂ ਸਾਡੇ ਕੋਲ ਨਹੀਂ ਆਏ। ਵੇਖ ਲਓ ਜੋ ਕੁਝ ਤੁਹਾਡਾ ਕਾਰੋਬਾਰ ਅਮਰੀਕਾ ਦੇ ਵਿੱਚ ਜਾਂਦਾ ਰਹਿਣਾ ਜੇ, ਮਹਾਂਪੁਰਸ਼ਾਂ ਕੋਲ ਆਇਆ ਕਰੋ ਦਸਵੰਧ ਲੈ ਕੇ। ਇਹ ਹੋਛੇ ਸ਼ਾਹ ਨੇ, ਗੁਰਦੁਆਰੇ ਤੁਸੀਂ 100 ਦਿਨ ਨਾ ਜਾਓ, ਉਹ ਕਹਿੰਦਾ ਗੁਰਦੁਆਰੇ ਨਹੀਂ ਆਏ ਕਮਲ ਹੁਣ ਕੰਮ ਬੰਦ ਕਰ ਦੂੰਗਾ ਤੁਹਾਡਾ, ਕਹਿੰਦਾ ਕਦੀ ਕਿਹਾ ਉਹਨੇ। ਇਹ ਹੋਛਾ ਪਨ ਮੇਰੇ ਸਾਹਿਬ ਦੂਸਰੀ ਲਾਈਨ 'ਚ ਕਹਿੰਦੇ ਆ, ਹੋਛਾ ਸ਼ਾਹ ਨਾ ਕੀਜੀ ਫਿਰ ਪਛੋਤਾਈਏ। ਹੋਛੇ ਬੰਦੇ ਦੇ ਅੱਗੇ ਝੋਲੀ ਅੜ ਦੋਗੇ, ਕੀ ਕਰਨਾ ਪਛਤਾਓਗੇ। ਅੱਗੇ ਜਾ ਕੇ ਕਹਿੰਦੇ ਸਾਹਿਬ ਉਹ ਨਾ ਸੇਵੀਏ, ਸਾਹਿਬ ਆਪਣਾ ਸਾਹਿਬ ਕਿਸੇ ਨੂੰ ਉਸ ਨੂੰ ਨਾ ਬਣਾਇਓ, ਜਮ ਡੰਡ ਸਹਾਈਏ, ਜਮਾ ਦੇ ਡੰਡੇ ਸਹਿਣੇ ਪੈਣ। ਇੱਥੇ ਵੀ ਕਹਿੰਦੇ ਹਾ ਹੈ ਹੋਰ ਨਾ ਕੋਈ ਦਾਤਾ, ਜੀ ਅਪਾਏ ਜਿਹਨੇ ਰਿਜਕ ਦੀਆ, ਜਿਹਨੇ ਜੀ ਪੈਦਾ ਕਰਕੇ ਸਾਰਿਆਂ ਨੂੰ ਰਿਜਕ ਦਿੱਤਾ ਹੈ ਉਹਨੂੰ ਹੀ ਦਾਤਾ ਮੰਨੋ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਜੇ ਹਰੀ ਹਰੀ ਜਪੋਗੇ ਹਰੀ ਨਾਮ ਵਿੱਚ ਹੀ ਸਮਾ ਜਾਓਗੇ। ਅਨੰਦਨ ਲਾਹਾ ਹਰ ਨਾਮ ਲੀਆ, 24 ਘੰਟੇ ਲਾਹਾ ਖੱਟੋਗੇ ਕਦਾ ਨਾਮ ਦਾ ਤਾਂ। ਐੜੇ ਤੇ ਆਣ ਕੇ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਸਮਾਪਤੀ ਕੀਤੀ।
ਵੈਸੇ ਦੁਨਿਆਵੀ ਅੱਖਰਾਂ ਦੇ ਹਿਸਾਬ ਨਾਲ ਊੜਾ ਤੇ ਐੜਾ ਹੁੰਦਾ ਸ਼ੁਰੂ, ਇਹਨਾਂ ਸੱਸੇ ਤੋਂ ਸ਼ੁਰੂ ਕਰਕੇ ਉਹਦੀਆਂ ਮੌਜਾਂ ਉਹ ਹੀ ਜਾਣੇ, ਪੱਟੀ ਲਿਖਣ ਗਿਆ ਸੀ ਪਾਂਧੇ ਦੇ ਕੋਲ, ਪਤਾ ਨਹੀਂ ਇਹ ਤਾਂ ਆਪਾਂ ਤੇ ਅੱਖਰਾਂ ਦੀ ਗੱਲਾਂ ਕਰਨ ਲੈ, ਅੱਖਰਾਂ ਦੇ ਵੀ ਅਰਥ ਸਾਨੂੰ ਨਹੀਂ ਆਉਂਦੇ, ਜੋ ਸਤਿਗੁਰੂ ਕੋ ਆਈ ਜਾਂਦਾ ਕਹੀ ਜਾਂਦਾ, ਉਹਦੀ ਮੌਜ ਆ, ਉਹਨੇ ਐੜੇ ਨੂੰ ਸਮਾਪਤੀ ਤੇ ਲਿਆਂਦਾ। ਐੜੇ ਐੜਾ ਕਹਿੰਦਾ ਆਪ ਕਰੇ ਜਿਨ ਛੋਡੀ, ਜਿਹਨੇ ਆਪ ਇਹ ਸ੍ਰਿਸ਼ਟੀ ਪੈਦਾ ਕਰਕੇ ਬਣਾ ਕੇ ਛੱਡੀ ਆ, ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਵਾਹਿਗੁਰੂ ਪਰਮੇਸ਼ਰ। ਇਤਰਾਂ ਨਹੀਂ ਜੀ ਇਤਰਾਂ ਹੋਵੇ, ਇਤਰਾਂ ਨਹੀਂ ਜੀ ਇਤਰਾਂ ਹੋਵੇ, ਕਹਿੰਦਾ ਨਾ ਨਾ ਨਾ। ਉਹਨੂੰ ਨਾਮਦੇਵ ਨੂੰ ਕਿਹਾ ਵੀ ਆ ਮੂਈ ਗਾਂ ਜਿੰਦੀ ਕਰਦੇ ਇਹੋ ਹੀ ਸੀ, ਨਹੀਂ ਤੇ ਫਿਰ ਆ ਨਾ ਤਰ ਗਰਦਨ ਮਾਰੂ ਉਠਾਏ, ਤਲਵਾਰ ਮੇਰੇ ਹੱਥ 'ਚ ਹੀ ਮਾਰ ਕੇ ਤੇਰੀ ਗਰਦਨ ਉਡਾ ਦੂੰਗਾ ਸਰੀਰ ਨਾਲੋਂ। ਅਤੇ ਉਹ ਕਹਿੰਦਾ ਸੀ ਰਾਜਾ ਮੇਰਾ ਕੀ ਆ ਕਿਛੂ ਨਾ ਹੋਏ, ਇਹ ਹੈ ਭਗਤ, ਕਰ ਹੈ ਰਾਮ ਹੋਏ ਹੈ ਸੋਏ, ਉਹ ਜੋ ਵਾਹਿਗੁਰੂ ਪਰਮੇਸ਼ਰ ਕਰਦਾ ਮੈਂ ਥੋੜ੍ਹਾ ਕੁਝ ਕਰ ਸਕਦਾ, ਹਾਲਾਂਕਿ ਮੂੰਹ ਤੋਂ ਕਹਿੰਦਾ ਤੇ ਭਗਤ ਦੀ ਮੰਨਦਾ, ਉਹ ਭਗਤਾਂ ਦੇ ਕਹਿਣ ਦੇ ਉੱਤੇ ਸ੍ਰਿਸ਼ਟੀ ਪੁੱਠੀ ਕਰਦੇ। ਉਹਨੇ ਕਿਹਾ ਆਣ ਕੇ ਫਿਰ ਸਾਤ ਘੜੀ ਜਾਂ ਬੀਤੀ ਸੁਣੀ, ਉਹਨੂੰ ਕਹੀ ਅੱਠਾਂ ਘੜੀਆਂ ਤੱਕ ਜੇ ਨਾਨਾ ਤੇਰਾ ਰੱਬ ਆਇਆ ਗਾਂ ਨਾ ਕੀਤੀ ਜਾਂਦੇ ਤੇਰਾ ਸਿਰ ਲਾ ਦਾਂਗੇ। ਤੇ ਉਹ ਚੁੱਪ ਕਰਕੇ ਬੈਠਾ ਰਿਹਾ ਆਨੰਦ ਵਿੱਚ, ਉਹ ਕਾਲਾ ਪੈਣਾ ਹੀ, ਉਹਨੂੰ ਪਤਾ ਸੀ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਉਹ ਤਾਂ ਰੱਖਦਾ ਹੀ ਹੈ, ਉਹ ਆਨੰਦ ਨਾਲ ਬੈਠਾ ਰਿਹਾ। ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਉਤਰੇ ਭਵਨ ਤਣੀ, ਤੇ ਸਾਰੇ ਲੋਕਾਂ ਦਾ ਉੱਥੇ ਲਿਖਿਆ ਇਤਰਾਂ ਇਤਰਾਂ ਸਾਹ ਹੋ ਗਿਆ ਵੀ ਇੱਕ ਘੜੀ ਰਹਿ ਗਈ, ਹੁਣ ਤਾਂ ਨਾਮਦੇਵ ਦਾ ਸਿਰ ਲੱਥ ਹੀ ਜਾਣਾ ਹੈ। ਤੇ ਅੱਠਵੀਂ ਘੜੀ ਦੇ ਵਿੱਚ ਬਖੰਤਨ ਬਾਜ ਵਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ, ਇਤਰਾਂ ਤੁਹਾਡੀ ਭਾਸ਼ਾ ਹੈ ਆਏ ਲਾ ਵਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ, ਤੇ ਆਣ ਕੇ ਕੋਲ ਬਹਿ ਕੇ ਇਤਰਾਂ ਕਹਿ ਸੁਣਾ, ਕਹਿੰਦਾ ਮੇਰਾ ਤੇ ਕੋਈ ਇਰਾਦਾ ਨਹੀਂ, ਕਹਿੰਦਾ ਇੱਕ ਵਾਰ ਬੋਲ ਤਾਂ ਸਹੀ, ਕਹਿ ਤਾਂ ਧਰਨ ਕੋਡੀ ਕਰੂੰ, ਇਤਰਾਂ ਲਿਖਿਆ ਕਹੇ ਕਰਦਾ ਇਤਰਾਂ, ਕਹਿ ਤਾਂ ਲੇਕਰ ਉੱਪਰ ਧਰੂੰ, ਇਤਰਾਂ ਹੱਥ ਤੇਰਾ ਕਹਿਲਾਵਾਂ ਇੱਕ ਵਾਰ ਦੁਨੀਆਂ ਨੂੰ ਪਤਾ ਲੱਗੇ ਵੀ ਭਗਤ ਨਾ ਪੰਗਾ ਪਾਇਆ, ਕਹਿ ਤਾਂ ਮੂਈ ਗਊ ਦੇਊਂ ਜਵਾਏ, ਤੂੰ ਕਹਿ ਤੇ ਮਰੀ ਹੋਈ ਗਾਂ ਜਿਹਦੀ ਕਰਦਾ। ਤੇ ਭਗਤ ਨੇ ਆਖਿਆ ਵੀ ਇਹ ਤਾਂ ਕੋਈ ਗੱਲ ਨਾ ਹੋਈ, ਤੇਰੀ ਕੀਤੀ ਮਾਰੀ ਨੂੰ ਮੈਂ ਆਖਦਾ ਜਿੰਦੀ ਕਰਦੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਨੂੰ ਡਲ ਰਾਏ ਨੂੰ ਕਿਹਾ ਵੀ ਇੱਕ ਮਿਆਨ ਚ ਦੋ ਤਲਵਾਰਾਂ ਲੀਆਂ ਪੈਂਦੀਆਂ ਸੱਜਣਾ, ਤੂੰ ਕਰਤਾ ਬੰਦਾ ਜਿੰਦਾ ਆਪਣਾ ਦੋਸਤ, ਤੇ ਬਾਬਾ ਜੀ ਹੁਣ ਤੇ ਜਾਂ ਫਿਰ ਤੁਸੀਂ ਰਹੋ ਜਾਂ ਮੈਂ ਰਹਿਣਾ। ਤੇ ਮੂੰਹ ਤੇ ਕੱਪੜਾ ਪਾ ਕੇ ਬਾਬਾ ਡਲ ਨੇ ਸਵਾਸ ਚੜ੍ਹਦੇ। ਬਾਬਾ ਗੁਰਦਿੱਤਾ ਜੀ ਦੀ ਇਹ ਕਹਾਣੀ ਹੈ, ਪਤਾ ਹੈ ਉੱਥੇ ਜਿੰਦਵੜੀ ਸਾਹਿਬ ਜਿੱਥੇ ਗਊ ਜੀ ਦੀ ਕਰਤੀ ਉਹਨਾਂ ਨੇ, ਤੂੰ ਤੇ ਉੱਥੇ ਰਹਿ ਗਿਆ। ਭਗਤ ਕਦੀ ਰੱਬ ਨੂੰ ਨੀ ਕਹਿੰਦਾ ਤੇਰੀ ਰਜਾ ਦੇ ਵਿੱਚ ਮੈਂ ਖਲਲ ਪਾਵਾਂ, ਉਹਨੇ ਕਿਹਾ ਜੀ ਜੋ ਮਰਜ਼ੀ ਕਰੋ, ਮਗਰ ਇੱਕ ਗੱਲ ਆ ਮੇਰੇ ਵੱਲੋਂ ਨਹੀਂ, ਉਹ ਜਿਹੜਾ ਬਛੜਾ ਭੁੱਖਾ ਮਰ ਲਿਆ ਨਾ, ਗਊ ਦੁਆਈ ਬਛੜਾ ਮੇਲ, ਉਹ ਜਿਹੜਾ ਬੇਚਾਰਾ ਭੁੱਖਾ ਉਹਦੇ ਲਈ ਦੁੱਧ ਲਈ, ਮੈਂ ਨੀ ਕਹਿੰਦਾ, ਉਹਦੀ ਸੁਣ ਲਾ ਉਹ ਜਿਹੜਾ ਤੜਫਣ ਡਿਆ। ਤੇ ਨਾਮੇ ਕੀ ਕੀਰਤ ਰਹੀ ਸੰਸਾਰ, ਜੋ ਕੁਝ ਭਗਤਾਂ ਨੇ ਕਿਹਾ ਉਹ ਕਰਕੇ ਵਿਖਾਇਆ ਉਹਨੇ, ਜੇ ਜਸੀ ਉਹਦੇ ਬਣ ਜਾਈਏ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ, ਸਾਡਾ ਕਾਜ ਨਹੀਂ ਸਵਾਲੂ। ਸਾਹਿਬ ਜੀ ਪਾਤਸ਼ਾਹ ਕਹਿੰਦੇ ਐੜੇ ਆਪ ਕਰੇ ਜਿਨ ਛੋਡੀ, ਜੋ ਕਿਛ ਕਰਨਾ ਸੋ ਕਰ ਰਿਹਾ,
ਤੇ ਅੱਗੇ ਜਾ ਕੇ ਸਮਾਪਤੀ ਕਰਦੇ ਇਸ ਪਹਿਲੇ ਪਾਤਸ਼ਾਹ ਦੀ ਪੱਟੀ ਦੀ, ਕਹਿੰਦੇ ਕਰੇ ਕਰਾਏ ਸਭ ਕੁਛ ਜਾਣੇ, ਤੁਹਾਡੇ ਦਿਲਾਂ ਦੀਆਂ ਸਾਰੀਆਂ ਜਾਣਦਾ ਕਰਦਾ ਵੀ ਸਭ ਕੁਛ ਹੈ। ਨਾਨਕ ਸਾਇਰ, ਇੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਵੀ ਕਿਹਾ, ਸ਼ਾਇਰ, ਜਿਤਨਾ ਸ਼ਾਇਰ ਫਲਾਣਾ ਸ਼ਾਇਰ, ਨਾਨਕ ਸਾਇਰ ਇਵ ਕਹਿਆ, ਨਾਨਕ ਕਵੀ ਇਸ ਤਰ੍ਹਾਂ ਕਹਿ ਰਿਹਾ ਹੈ ਵੀ ਉਹ ਕਰਨ ਕਰਾਉਣ ਵਾਲਾ ਵਾਹਿਗੁਰੂ ਪਰਮੇਸ਼ਵਰ ਹੈ ਤੇ ਜੋ ਉਹਦੀ ਮਰਜ਼ੀ ਹੈ ਉਹ ਕਰਦਾ ਹੈ। ਭਗਤ ਕਦੀ ਉਹਦੀ ਮਰਜ਼ੀ ਦੇ ਵਿੱਚ ਟਾਂਗਾ ਨਹੀਂ ਲਾਉਂਦੇ। ਇਹ ਤੇ ਆਹ ਕਹਿੰਦੇ ਆ ਮੀਂਹ ਪਵਾ ਦਈਏ, ਮੀਂਹ ਬੰਦ ਕਰਾ ਦਈਏ, ਇਹਨੇ ਸਾਧੂ ਨੇ ਆਹ ਕੀਤਾ, ਇਹਨੇ ਆਹ ਕੀਤਾ, ਇਹ ਸਾਰਾ ਰੋਲ ਕਚੋਲਾ ਆਪਣੇ ਅੰਦਰ ਨਾ ਵੰਡ ਦਿਓ। ਆਪਣੇ ਅੰਦਰੋਂ ਸਾਰਾ ਰੋਲ ਕਚੋਲਾ ਕੱਢ ਕੇ ਕੇਵਲ ਵਾਹਿਗੁਰੂ ਸ਼ਬਦ ਤੇ ਚੋਲੀ ਅੱਡ ਕੇ ਕਹਿਣਾ ਆਪਣੀ ਰਜ਼ਾ 'ਚ ਰੱਖੀ ਬਸ, ਜੋ ਤੈਨੂੰ ਚੰਗਾ ਲੱਗਦਾ ਉਹ ਕਰ। ਜੇ ਮੇਰਾ ਤੀਲਿਆਂ ਦਾ ਬਣਾਇਆ ਘਰ ਉੱਡਦਾ ਵੀ ਆ ਨਾ, ਤੇਰਾ ਜੀ ਕਰਦਾ ਵੀ ਤੀਲਿਆਂ ਦਾ ਮੇਰਾ ਘਰ ਉਡਾ ਕੇ ਕਿਸੇ ਦਾ ਵਸਾਉਣਾ ਚਾਹੁੰਦਾ ਹੈ ਤੇ ਮੈਂ ਤਿਆਰ ਹਾਂ, ਮਗਰ ਇਹ ਗੱਲ ਨਹੀਂ ਕਹਿੰਦਾ। ਇੱਥੇ ਤੇ ਅਰਦਾਸਾਂ ਹੁੰਦੀਆਂ ਮਹਾਰਾਜ ਕਿਸੇ ਦਾ ਕੁਝ ਨਾ ਰਹੇ ਮੇਰਾ ਬਣ ਜਾਏ, ਤੇ ਫਿਰ ਕਿਸ ਤਰ੍ਹਾਂ ਰੱਬ ਨਾਲ ਬਣ ਆਜੂਗੀ, ਰੱਬ ਨਾਲ ਤੇ ਬਣ ਆਉਣੀ ਆ, ਉਹਦੀ ਰਜ਼ਾ 'ਚ ਚੱਲਿਆ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਗੁਰੂ ਰਹਿਮਤਾਂ ਕਰੇ ਅੱਜ ਇਹ ਸੰਪੂਰਨ ਹੋਈ ਹੈ। ਪੰਜ ਕਾਰੇ ਛੱਡਣੇ ਬੋਲੇ ਸੋਨਿਹਾਰ ਸਤ ਸ੍ਰੀ ਅਕਾਲ। ਸਤ ਸ੍ਰੀ ਅਕਾਲ ਸੋਨਿਹਾਲ ਸਤ ਸ੍ਰੀ ਅਕਾਲ ਸੋਨਿਹਾਲ ਸਤ ਸ੍ਰੀ ਅਕਾਲ। ਦੇਖਤੇ ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ ਬੋਲੇ ਸੋਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਪਹਿਲੀ ਪੱਟੀ ਸੰਪੂਰਨ ਹੋਈ ਆ, ਕੱਲ ਦਾ ਦਿਨ ਛੱਡ ਕੇ ਪਰਸੋਂ ਤੋਂ ਤੀਸਰੇ ਪਾਤਸ਼ਾਹ ਵਾਲੀ ਪੱਟੀ ਆਰੰਭ ਕਰਾਂਗੇ। ਸਤਿਗੁਰੂ ਸਾਰਿਆਂ ਦਾ ਭਲਾ ਕਰੇ, ਸਾਰੇ ਸੰਸਾਰ ਵਿੱਚ ਸੁੱਖ ਵਰਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।